कल कुत्ते नु गई जे देख मैं तेरे नाल मुखलस हैगा यार भला कहना मैं ज्यादा नहीं बाडियां बनाउंदा मैं गया ते नशेई नहीं उन्ने सूट सीन दिया ओ यार ओ बट ਅੱਜ ਕਾਲੂ ਉਹਨਾਂ ਦੇ ਘਰ ਵੱਡੀ ਕੁਰਸੀ ਪਈ ਮੈਂ ਕਿਹਾ ਇਹ ਕੀ ਕਹਿੰਦਾ ਇੱਥੇ ਅਸੀਂ ਆਪਣਾ ਪੱਠਾ ਬਿਠਾਉਣਾ ਕਾਲੂ ਨੂੰ ਇੱਕ ਕੁੜੀ ਕਹਿੰਦੀ ਆਪਣਾ ਨੰਬਰ ਹੀ ਦੇ ਦਿਓ ਉਹਨੂੰ ਕਹਿੰਦਾ 100 ਰੁਪਇਆ ਦੇ ਸਿਮ ਹੀ ਦੇ ਦੇ ਅਸਲਾਮ ਵਾਲੇਕੁਮ ਨਾਜ਼ਰੀਨ ਟੀ ਟਾਈਮ ਮੈਂ ਖੁਸ਼ ਆਮਦੀ ਤਾੜੀ ਕੋਈ ਨਾ ਮਾਰੇ ਪੈਰਾਂ ਦੀ ਮਿੱਟੀ ਕੋਈ ਨਾ ਛੱਡੇ ਸੀਰੀਅਸ ਵੀ ਗੱਲ ਹੁੰਦੀ ਹਰ ਪ੍ਰੋਗਰਾਮ ਤਾੜੀ ਦੇ ਨਾਲ ਹੀ ਨਹੀਂ ਸ਼ੁਰੂ ਹੁੰਦਾ ਨਾਜ਼ਰੀਨ ਪਹਿਲੀ ਗੱਲ ਸਭ ਤੋਂ ਪਹਿਲੇ ਹੈ ਕਿ ਛੇੜੋ ਸ਼ਾਇਰੀ ਦਾ ਇੱਕ ਚੈਨਲ ਬਣਾ ਲਿਆ ਸੀ ਛੇੜੋ ਸ਼ਾਇਰੀ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਛੇੜੋ ਸ਼ਾਇਰੀ ਉੱਧਰ ਅਪਲੋਡ ਹੋਣੀ ਆ ਸਜਾਜਾ ਨਹੀਂ ਆਫੀਸ਼ੀਅਲ ਤੇ ਅਪਲੋਡ ਨਹੀਂ ਹੋਣੀ ਸਭ ਵੀਵਰਸ ਮੁਤਵੱਜਾ ਫਿਰ ਛੇੜੋ ਸ਼ਾਇਰੀ ਪ੍ਰੋਗਰਾਮ ਯੂਟਿਊਬ ਪਲੇਟਫਾਰਮ ਨੰਬਰ 3 ਪੇ ਆ ਰਹੀ ਹੈ ਹੈ ਵੀਵਰ ਸੇਲ ਤਮਾਸ ਹੈ ਆਪਣਾ ਆਪਣਾ ਸਮਾਨ ਚੁੱਕ ਕੇ ਪਰਲੇ ਪਾਸੇ ਚਲੇ ਜਾਓ ਠੀਕ ਹੈ ਜੀ ਛੇੜੋ ਸ਼ਾਇਰੀ ਲਿੰਕ ਦੇ ਦੇਣਾ ਥੱਲੇ ਲਿੰਕ ਉਹਨੂੰ ਫੌਰਨ ਉਹਨੇ ਰੋਕ ਕੇ ਲਿੰਕ ਕਰਕੇ ਉਹਨੂੰ ਸਬਸਕ੍ਰਾਈਬ ਕਰ ਲਓ ਉਹਨੂੰ ਫੋਲੋ ਸ਼ੇਅਰ ਜੋ ਮਰਜ਼ੀ ਕਰ ਲਓ ਠੀਕ ਹੈ ਜੀ ਅਤੇ ਉੱਧਰ ਆਉਣੀ ਛੇੜੋ ਸ਼ਾਇਰੀ ਸਾਡਾ ਚੈਨਲ ਦਾ ਨਾਂ ਛੇੜੋ ਸ਼ਾਇਰੀ ਚੈਨਲ ਦਾ ਨਾਮ ਆ ਛੇੜੋ ਸ਼ਾਇਰੀ ਯੂਟਿਊਬ ਚੈਨਲ ਦਾ ਨਾਂ ਛੇੜੋ ਸ਼ਾਇਰੀ ਠੀਕ ਹੈ ਜੀ ਅਤੇ ਲਿੰਕ ਵੀ ਉਹਦਾ ਜਿਹੜਾ ਹੈ ਲਿੰਕ ਨਾ ਇੱਥੇ ਕਰਨਾ ਹੋਰ ਸਰਚ ਨਹੀਂ ਕਰਨਾ ਬਹੁਤ ਆ ਜਾਣੇ ਨੇ ਐਵੇਂ ਹੋਰ ਪਾਸੇ ਮਤਲਬ ਜਿਹੜਾ ਇਹਦੇ ਇਸ ਚੈਨਲ ਦੇ ਥੱਲੇ ਲਿੰਕ ਆ ਉਹਦੇ ਉਹਨੂੰ ਕਰਨਾ ਸਬਸਕ੍ਰਾਈਬ ਲਓ ਜੀ ਲੈ ਬਈ ਪ੍ਰੋਗਰਾਮ ਤਦ ਸ਼ੁਰੂ ਹੋਏਗਾ ਜੇ ਨੱਚੇ ਮੁੰਡੇ ਦੀ ਮਾਂ ਪ੍ਰੋਗਰਾਮ ਤਦ ਸ਼ੁਰੂ ਹੋਏਗਾ ਇਹ ਪਾਕਿਸਤਾਨ ਦੇ ਪੰਜਾਂ ਸੂਬਿਆਂ ਦਾ ਨਾਂ ਦੱਸ ਦੇਵੇ ਇੱਕੋ ਸਾਜ ਪ੍ਰੋਗਰਾਮ ਤੁਹਾਨੂੰ ਛਿਆਂ ਬੰਦਿਆਂ ਨੂੰ ਸੱਚੀ ਮੁੱਚੀ ਤੁਹਾਨੂੰ ਛਿਆਂ ਬੰਦਿਆਂ ਨੂੰ ਮੇਰੇ ਵੱਲੋਂ ਇੱਕ ਅੱਛਾ ਇੱਕ ਟ੍ਰੀਟ ਹੋਏਗੀ ਜਾਂ ਨਾਮਵਾ ਆਰਡਰ ਨਾਮਵਾ 'ਚ ਡਰਮ ਸਟਿਕ ਸੂਪ ਯੇ ਵੋ ਜੋ ਵੀ ਤੁਸੀਂ ਅਗਰ ਇੱਕੋ ਸਾਜ ਗੜਵੀ ਦੁੱਧ ਵਾਲੀ ਨਹੀਂ ਇੱਦਾਂ ਮੈਂ ਥਰੈਡ ਹੋ ਜਾਣਾ ਆਪਣੇ ਲੋ ਸਵਾਲ ਲਿਆਏ ਵੱਡਾ ਚਲੋ ਜੀ ਚਲੋ ਜਲਦੀ ਜਲਦੀ ਆ ਪਹਿਲਾਂ ਜੀ ਸਰਹੱਦ ਵੈਰੀ ਗੁੱਡ ਸ਼ੁਮਾਲ ਇਲਾਕਾ ਸਰਹੱਦ ਸ਼ੁਮਾਲ ਉਸ ਤੋਂ ਬਾਅਦ ਬਲੋਚਿਸਤਾਨ ਅਤੇ ਸੂਬਾ ਜਨੂਬ ਐਲ ਚਾਰ ਹੋ ਗਏ ਚਾਰ ਹੋ ਗਏ ਸੂਬਾ ਜਨੂਬ ਵੀ ਹੋ ਗਿਆ ਸੂਬਾ ਆ ਗਿਆ ਯਾਰ ਸੂਬਾ ਮਸ਼ਰਕ ਚਲੋ ਪੰਜ ਹੋ ਗਏ ਇਹ ਤੇ ਅਖਬਾਰ ਦਾ ਨਾਮ ਆ ਰੋਜ਼ਨਾਮਾ ਸੂਬਾ ਮਸ਼ਰਕ ਸਾਰੇ ਮੈਂ ਦੱਸ ਤੇ ਇਹਨੇ ਮਸ਼ਰਕ ਦੋ ਵਾਰੀ ਕਿਹਾ ਹਾਂਜੀ ਸ਼ਮਾਲ ਨਹੀਂ ਨਹੀਂ ਸ਼ਮਾਲ ਸੂਬਾ ਸ਼ਮਾਲ ਸੂਬਾ ਨੇ ਕਿੱਦਾਂ ਕਿਹਾ ਸੂਬਾ ਸਰਹੱਦ ਸੂਬਾ ਸ਼ਮਾਲ ਸੂਬਾ ਬਲੋਚਿਸਤਾਨ ਬਲੋਚਿਸਤਾਨ ਸੂਬਾ ਜਨੂਬ ਜਨੂਬ ਇਹ ਜਨੂਬ ਹੁਣ ਬਣਿਆ ਵਾ ਨਵਾਂ ਉਹ ਜਨੂਬ ਠਹਿਰ ਜਾਓ ਨਾ ਫਸ ਕਰ ਜਾ ਲੈ ਬੱਚਾ ਸਾਜ ਹੁਣ ਸਾਡਾ ਨੰਬਰ ਦਾ ਕੀ ਹੋ ਗਿਆ ਉਹ ਫਾਰ ਉਹ ਯਾਰ ਤੁਸੀਂ ਤੇ ਲੁੱਟ ਕੇ ਖਾ ਗਏ ਆਪਣੇ ਵੱਲੋਂ ਸਵਾਲ ਹੁਣ ਮੈਂ ਮੁਕਰ ਨਹੀਂ ਦੇਣਾ ਭਾਈ ਜਿੱਤ ਗਿਆ ਵਾ ਰੋਟੀ ਪੈ ਗਈ ਆ ਓਕੇ ਓਕੇ ਹਾਂਜੀ ਯਾਰ ਸਾਜੀ ਖਵਾਣਾ ਹੀ ਪੈਣਾ ਕੀ ਆ ਜੀ ਬੱਚੋ ਪਕੜ ਸਾਜੀ ਮੈਨੂੰ ਪੁੱਛੋ ਮੈਂ ਦੱਸਾਂ ਤੁਹਾਨੂੰ ਪੰਜ ਇੱਕੋ ਸਾਜ ਚਲੋ ਦੱਸੋ ਹਾਂ ਇੱਕੋ ਸਾਜ ਜਿੱਦਾਂ ਮਸ਼ਰਕ ਮਗਰਬ ਸ਼ਮਾਲ ਜਨੂਬ ਨਹੀਂ ਕਹੀਦਾ ਇਕੱਠਾ ਇੱਦਾਂ ਇੱਕੋ ਸਾਜ ਪੰਜੇ ਨਾਂ ਲੈਣੇ ਪੌਜ਼ ਨਹੀਂ ਲੈਣਾ ਵਿੱਚ ਨਾ ਅੜਨਾ ਵਾ ਚਲੋ ਸੂਬਾ ਸਿੰਧ ਸੂਬਾ ਪੰਜਾਬ ਨਹੀਂ ਨਹੀਂ ਪੰਜੇ ਨਾਂ ਲੈਣੇ ਸੂਬਾ ਸੂਬਾ ਨਹੀਂ ਕਰਨਾ ਪੰਜੇ ਨਾਂ ਬਲੋਚਿਸਤਾਨ ਸਿੰਧ ਪੰਜਾਬ ਜਨੂਬ ਤੇ ਕੇਪੀ ਕੇ ਹਾਂਜੀ ਤੁਸੀਂ ਫੈਸਲਾ ਅੜਿਆ ਜੀ ਅੜਿਆ ਜੀ ਚਲੋ ਜੀ ਇੱਕ ਹੋਰ ਮੌਕਾ ਚਲੋ ਜੀ ਚਲੋ ਚਲੋ ਸ਼ੁਰੂ ਸ਼ੁਰੂ ਸੋਚਣਾ ਨਹੀਂ ਸ਼ੁਰੂ ਪੰਜਾਬ ਸਰਹੱਦ ਸਿੰਧ ਬਲੋਚਿਸਤਾਨ ਕੇਪੀ ਕੇ ਚਾਰ ਹੋਏ ਆ ਮਤਲਬ ਕੀ ਮਤਲਬ ਨਰਾਨਕਗਾਨ ਰਜ਼ਾਬਾਦ ਧੋਬੀ ਘਾਟ ਤੇ ਯਾਰ ਤੇਰਾ ਨੈਣ ਨਕਸ਼ੀ ਹੋਰ ਤਰ੍ਹਾਂ ਦੇ ਤੈਨੂੰ ਪਤਾ ਨਹੀਂ ਹੋਣਾ ਸੂਬਿਆਂ ਦਾ ਮਿੱਠੇ ਛੋਟੀ ਕਾਪੀ ਲੈ ਕੇ ਛੋਟੀ ਕਾਪੀ ਲੈ ਕੇ ਜਾਇਜ਼ ਵਾਲਿਆਂ ਦੇ ਦਫ਼ਤਰ ਵੜਨ ਦੇ ਤੇ ਕੁੜੀ ਨੂੰ ਕਹਿੰਦਾ ਆ ਸਾਰੇ ਨੰਬਰ ਫੋਨ 'ਚ ਸੇਵ ਕਰ ਦੇ 250 ਨੰਬਰ ਚੰਗੇ ਚਿੱਤਰ ਫੇਰੇ ਉਹ ਯਾਰ ਇੰਜ ਕਰੀਦਾ ਭਲਾ ਤੈਨੂੰ ਜ਼ਰਾ ਜਿੰਨਾ ਨਹੀਂ ਆਇਆ ਉਹ ਯਾਰ ਉਹ ਜਿਹੜੇ ਮੱਕੇ ਬਾਣੇ ਦਿੰਦਾ ਉੱਥੇ ਲੈ ਸੂਬਿਆਂ ਦਾ ਨਹੀਂ ਪਤਾ ਲੱਗਿਆ ਹਾਂਜੀ ਹਾਂ ਦੁਬਈ 에ਅਰਪੋਰਟ ਗਿਆ ਤੇ ਉੱਥੇ ਇੱਕ ਬੰਦੇ ਨੂੰ ਪੁੱਛਦਾ ਉਹ ਹਾਕਰ ਕਿੱਥੇ ਮਿਲੂਗਾ ਉਹ ਯਾਰ ਉੱਥੇ ਹਾਕਰ ਦੇ ਹੀ ਹੁੰਦੇ ਕਿਹੜੇ ਅਲਾਉਂਸਮੈਂਟ ਪੈਸੇ ਹੀ ਕਰਦੇ ਅਲਾਉਂਸਮੈਂਟ ਹੁੰਦੀ ਉੱਥੇ ਮੈਂ ਤੇਰੇ ਤੋਂ ਦੂਰ ਆ ਮੈਂ ਸੇਫ ਹੈਗਾ ਕੱਲ ਕੁੱਤੇ ਨੂੰ ਨਹੀਂ ਉੱਥੇ ਵੀ ਆ ਸਕਦਾ ਵਾ ਇੱਥੇ ਆ ਸਕਦਾ ਮੈਂ ਟੈਨਸ਼ਨ ਹਾਂਜੀ ਕੱਲ ਕੁੱਤੇ ਨੂੰ ਗਈ ਜੇ ਦੇਖ ਮੈਂ ਤੇਰੇ ਨਾਲ ਮੁਖਲਸ ਹੈਗਾ ਯਾਰ ਭਲਾ
ਪਲਾ ਕੁੱਤੇ ਨੂੰ ਕਹੀ ਜਾਏ ਕੁੱਤੇ ਨੂੰ ਕੌਣ ਕਹਿੰਦਾ ਕਮਾਂਡਰ ਕਮਾਂਡਰ ਸੇਵਗਾ ਨੂੰ ਕਹੀ ਜਾਣਾ ਤੂੰ ਲੈਕਸ ਲਵਾ ਦਵਾ ਭਾਈ ਕੁੱਤਾ ਇੰਝ ਕਰਕੇ ਚੱਕ ਭਰਨ ਲਈ ਇਹਦੇ ਵੱਲ ਆਇਆ ਉਹਨੇ ਮਾੜਾ ਜਿਹਾ ਧਿਆਨ ਮਾਰਿਆ ਨਾਲ ਹੀ ਪੈਰ ਚਿੱਟਣ ਲੱਗ ਪਈ ਕਹਿੰਦਾ ਮੈਂ ਜ਼ਿਆਦਾ ਦੀਆਂ ਬਾਡੀਆਂ ਬਣਾਉਂਦਾ ਮੈਂ ਗਿਆ ਤੇ ਉਹ ਨਸ਼ਈ ਨੀ ਉਹਨੇ ਸੂਟ ਸੀਨ ਦਿਆ ਉਹ ਯਾਰ ਉਹ ਬਾਡ ਕੁੱਤੇ ਨੇ ਪੈਰ ਚੱਟੇ ਤੇ ਡਰ ਕੇ ਅੰਦਰ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਉਹ ਨਮਕ ਮਿਰਚ ਚੈੱਕ ਕਰ ਗਿਆ ਹੁਣ ਉਹਨੇ ਵੱਢਣਾ ਕਹਿੰਦਾ ਨਮਕ ਮਿਰਚ ਚੈੱਕ ਕਰ ਗਿਆ ਹੁਣ ਉਹਨੇ ਪਿਓਰ ਖਾਣ ਆਉਣਾ ਇਹ ਤੇ ਇਹਦਾ ਭਰਾ ਇਕੱਠੇ ਜਾਣ ਦੇ ਇਹਦਾ ਭਰਾ ਨੂੰ ਕਹਿੰਦਾ ਕੁੱਤਾ ਵੱਢਦਾ ਕਹਿੰਦਾ ਨਹੀਂ ਸਿਰਫ ਜ਼ੁਬਾਨ ਮਾਰਦਾ ਲੈ ਮਿੱਠੇ ਦੀ ਭਾਈ ਪਿੰਨੀ ਨੂੰ ਕੁੱਤੇ ਨੇ ਮੂੰਹ ਪਾਇਆ ਉਹ ਇੰਨਾ ਟੁੰਨ ਹੋ ਗਿਆ ਮੁੜ ਕੇ ਚਾਰ ਚੱਟ ਦਾ ਫਿਰ ਉਸਤਾਦ ਜੀ ਇੱਕ ਜਗ੍ਹਾ ਡਰਾਈਵਰ ਲੱਗ ਗਿਆ ਉਹਨੇ 40,000 ਤਨਖਾਹ ਦੇ ਡਰਾਈਵਰ ਰੱਖਿਆ ਮਾਲਕ ਕਹਿੰਦਾ ਗੱਡੀ ਨਿਕਾਲੋ ਕਹਿੰਦਾ ਤੂੰ ਹੋਇਆ ਡਰਾਈਵਰ ਲੱਗਾ ਮਾਲਕ ਨੇ ਕਿਹਾ ਗਾੜੀ ਨਿਕਾਲੋ ਕਹਿੰਦਾ ਨੀ ਤੁਸੀਂ ਉਹ ਆਓ ਯਾਰ ਇਹ ਕੀ ਬਕਵਾਸ ਆ ਵੀ ਇੱਕ ਜਗ੍ਹਾ ਡਰਾਈਵਰ ਲੱਗ ਗਿਆ ਤੇ ਮਾਲਕਾਂ ਨੇ ਕਿਹਾ ਵੀ ਗੱਡੀ ਕੱਢ ਤੇ ਉਹਨੂੰ ਕੋਈ ਤੇ ਤੇਰੇ ਪਿਓ ਨੇ ਪਵਾਉਣਾ ਵੀ ਮਾਲਕ ਆ ਯਾਰ ਪਾ ਲੈ ਪਹਿਲੀ ਏਡੀ ਅੱਛੀ ਗੱਲ ਕੀਤੀ ਸੀ ਚੁੱਪ ਕਰ ਜਾਂਦਾ ਬਾਕੀ ਪੰਜ ਜਣੇ ਬੈਠੇ ਹੀ ਆ ਪੰਜ ਜਣੇ ਬੈਠੇ ਉਹਨਾਂ ਨੇ ਇੱਕ ਇੱਕ ਕਰ ਲੈਣੀ ਸੀ ਵੀ ਲਾਜ਼ਮੀ ਵੀ ਤੂੰ ਬਾਕੀ ਗੂੰਗੇ ਵੀ ਤੇਰੇ ਤੇ ਹੀ ਭਾਰ ਪੈ ਗਿਆ ਸਾਰਾ ਇੱਕ ਗੱਲ ਕੀਤੀ ਅੱਛੀ ਹੋ ਗਈ ਬਾ ਓਕੇ ਰਹਿ ਤੂੰ ਮੇਰੀ ਦਾ ਜੀ ਡਰਾਈਵਰ ਬਣ ਗਿਆ ਤੇ ਮਾਲਕ ਆਇਆ ਕਹਿੰਦਾ ਗਾੜੀ ਨਿਕਾਲ ਲਓ ਕਹਿੰਦਾ ਗੇਟ ਤਾਂ ਖੋਲ ਪਹਿਲੇ ਜਾ ਕੇ ਉਹ ਯਾਰ ਆਪ ਖੋਲਣਾ ਮੈਨੂੰ 40,000 ਦਿੰਦਾ ਮੈਂ ਸਲਮਾਨ ਖਾਨ ਸਾਹਿਬ ਜਿਹੜੇ ਵਾਲਦ ਸਾਹਿਬ ਨੇ ਸਲੀਮ ਸਾਹਿਬ ਉਹ ਕਹਿੰਦੇ ਮੈਂ ਇੱਕ ਮੁਲਾਜ਼ਮ ਰੱਖ ਲਿਆ ਨਾ ਜਿੱਦਾਂ ਉਹਨੇ ਡਰਾਈਵਰ ਰੱਖ ਲਿਆ ਉਹਨੇ ਕਿਹਾ ਭਾਜੀ ਤੂੰ ਹੋਇਆ ਮੈਂ ਨੀ ਜਾਣਾ ਮੇਰੀ ਤਬੀਅਤ ਨਹੀਂ ਸਹੀ ਉਹਨੇ ਰੱਖ ਲਿਆ ਤੇ ਉਹਨੇ ਪਹਿਲੀ ਦਿਨ ਕੁੱਕ ਰੱਖ ਲਿਆ ਸੋਰੀ ਉਹਨਾਂ ਨੇ ਤੇ ਉਹਨੇ ਪਹਿਲੀ ਦਿਨ ਹਾਂਡੀ ਪਕਾਈ ਤੇ ਕਹਿੰਦੇ ਖਾਧਾ ਤੇ ਲੂਣ ਬਹੁਤ ਤੇਜ਼ ਤੈਨੂੰ ਬੁਲਾਇਆ ਭਾਈ ਇਹ ਕਿਆ ਕਹਿੰਦਾ ਜੀ ਮੈਂ ਤੇਜ਼ ਹੀ ਖਾਂਦਾ ਯੂਸਫੀ ਸਾਹਿਬ ਨੇ ਕਹਿੰਦੇ ਮੈਂ ਮੁਲਾਜ਼ਮ ਰੱਖ ਲਿਆ ਤੇ ਮੇਰਾ ਇੱਕ ਦੋਸਤ ਆਇਆ ਤੇ ਮੈਨੂੰ ਕਹਿੰਦਾ ਯਾਰ ਆਪਕਾ ਮੁਲਾਜ਼ਮ ਬਹੁਤ ਬਦਤਮੀਜ਼ ਹੈ ਕਹਿੰਦੇ ਮੈਂ ਆਪ ਕੀਤਾ ਤਾਂ ਅੱਗੇ ਕਿਤੇ ਹੋਰ ਕੰਮ ਨਾ ਕਰ ਸਕਦਾ ਜਿੱਥੇ ਜਾਵੇ ਤੂੰ ਕੱਢ ਦਿੰਦੇ ਨੇ ਬਿਮਾਰ ਹੋ ਗਿਆ ਮੈਂ ਕਿਹਾ ਚੱਲ ਆ ਡਾਕਟਰ ਕੋਲ ਚੱਲੀਏ ਕਹਿੰਦਾ ਨਹੀਂ ਯਾਰ ਫਿਰ ਕਿਸੇ ਦਿਨ ਤੇ ਡਾਕਟਰ ਕੋਲ ਜਾਣਾ ਕਾਲੂ ਨਾ ਨਜ਼ਰ ਦਾ ਡਾਕਟਰ ਸੀਗਾ ਇੱਕ ਬੁਖਾਰ ਦਾ ਮਰੀਜ਼ ਹੈ ਤੇ ਉਹਨੂੰ ਕਹਿੰਦੇ ਆਹ ਕਿੰਨੇ ਆ ਮਾਮਾ ਉਹਨੂੰ ਬੁਖਾਰ ਹੋਇਆ ਵਿਚਾਰੇ ਨੂੰ ਤੂੰ ਕਾਲੂ ਨੂੰ ਇੱਕ ਕੁੜੀ ਕਹਿੰਦੀ ਆਪਣਾ ਲੰਬਰ ਹੀ ਦੇ ਦਿਓ ਉਹਨੂੰ ਕਹਿੰਦਾ 100 ਰੁਪਇਆ ਦੇ ਸੇਮ ਹੀ ਦੇ ਦੇਣੇ ਕਹਿੰਦਾ 100 ਦੇ ਸੇਮ ਹੀ ਲੈ ਲਾ ਲੰਬਰ ਡਾਕਟਰ ਬਣ ਗਿਆ ਸਾਹ ਜੀ ਇੱਕ ਕਮਰੀਦ ਆਇਆ ਉਹਨੇ ਕਿਹਾ ਮੇਰੇ ਗੁਰਦੇ 'ਚ ਨਾ ਪੱਥਰੀਆਂ ਅਤੇ ਉਹਨੂੰ ਲੰਮਾ ਪਾ ਕੇ ਉਹਦੇ ਦੁਰਮੜ ਮਾਰਨ ਦਿਆ ਗੁਰਦਿਆਂ 'ਚ ਕਹਿੰਦਾ ਮੈਂ ਅੱਧੀ ਫਿਦ ਰਹੀ ਹਾਂ ਯਾਰ ਉਹਨੂੰ ਦਵਾਈ ਦੇ ਕੈਪਸੂਲ ਦੇ ਉਹਨੂੰ ਭੁਰ ਜਾਣਾ ਲੈ ਉਹ ਲੇਜ਼ਰ ਆਈਆਂ ਉਹ ਯਾਰ ਕੈਸਾ ਜਾਹਲ ਆਦਮੀ ਹੈ ਤੂੰ ਯਾਰ ਇੱਕ ਬੰਦਾ ਵੈਸੇ ਹੀ ਕਹਿ ਰਿਹਾ ਯਾਰ ਮੈਂ ਗੁਰਦੇ ਵਾਸ਼ ਕਰਾਉਣੇ ਅਤੇ ਉਹਦੇ ਲਾਗੇ ਜਾ ਗਿਆ ਪਹਿਲੇ ਨਸ਼ੀ ਸ਼ਰਾਬਾਂ ਪੀਣੀਆਂ ਲੈ ਉਹ ਪੱਠੇ ਚੋਂ ਕਾਲਾ ਧੂਆ ਨਿਕਲਣ ਦਿਆ ਕਹਿੰਦਾ ਤਾਂ ਫਿਲਟਰ ਬਦਲ ਕੇ ਦੇਖ ਲਓ ਉਹ ਯਾਰ ਉਹ ਕਹਿੰਦਾ ਨਾ ਫਿਲਟਰ ਯਾਰ ਮਿੱਠੇ ਤੋਂ ਕੁਛ ਆਇਆ ਬੜਾ ਉਹ ਯਾਰ ਚੱਲ ਕੋਈ ਗੱਲ ਉਹ ਯਾਰ ਤੂੰ ਨਾ ਕਰਿਆ ਕਰ ਬਕਾਇਦਾ ਨਹੀਂ ਹਰਕਤਾਂ ਨਹੀਂ ਕਰਦਾ ਜਦੋਂ ਪੱਠੇ ਚੋਂ ਇੱਟਾਂ ਬਣਦੀਆਂ ਧੂਆ ਨਿਕਲਦਾ ਹੀ ਹੁੰਦਾ ਵਾ ਮੈਂ ਵੈਸੇ ਕਿਹਾ ਵਾ ਵੀ ਉਹਦੇ ਵਿੱਚੋਂ ਜੇ ਬਦਲ ਕੇ ਵੇ ਮਤਲਬ ਕਿ ਉਹਦੇ ਚੋਂ ਨਹੀਂ ਹੁੰਦਾ ਫਿਲਟਰ ਤਾਂ ਭਾਜੀ ਨੂੰ ਗੁੱਸਾ ਚੜਾ ਦਿੰਦਾ ਤੂੰ ਪੱਠੇ ਦੇ ਕੋਲੋਂ ਲੰਘਣ ਦੇ ਵਿੱਚੋਂ ਧੂਆ ਨਿਕਲਣ ਦੇ ਤੇ ਐਵੇਂ ਮਜ਼ਦੂਰਾਂ ਨੂੰ ਪੁੱਛੇ ਕਿਹੜਾ ਫਲੇਵਰ ਪਾਇਆ ਲੈ ਲੈ ਵੀ ਸ਼ੀਸ਼ਾ ਵਾ ਜਾਹਲ ਤੂੰ ਲੰਘ ਜਾ ਚੁੱਪ ਕਰਕੇ ਤੈਨੂੰ ਕੀ ਤਕਲੀਫ ਆ ਵੀ ਤੂੰ ਪੱਠਿਆਂ ਵੇਖ ਕੇ ਆਪਣੇ ਪੂਰੇ ਕਮੈਂਟਸ ਪਾਸ ਕਰ ਰਿਹਾ ਹੋ ਜਾਂਦਾ ਵਾ ਹੋ ਜਾਂਦਾ ਵਾ ਤੇਰੀ ਇਹੀ ਆਦਤ ਆ ਹਰ ਚੀਜ਼ ਤੇ ਜਾਂਦੇ ਆ ਦੱਸੀ ਤੇਰਾ ਕੀ ਕਰਦਾ ਉਦੋਂ ਕੀ ਕੀਤਾ ਸਾਜ ਏਡਾ ਪਾਗਲ ਆ ਬੈਟਰੀ ਦਾ ਪਾਣੀ ਪੀ ਗਿਆ ਸਾਰਾ ਉਹ ਕਿਉਂ ਕਹਿੰਦਾ ਮੇਰੇ ਗੁਰਦੇ ਨਹੀਂ ਕੰਮ ਕਰਦੇ ਉਹ ਯਾਰ ਉਹ ਬੈਟਰੀ ਗੱਡੀ ਦੇ ਵਿੱਚ ਪਈਦਾ ਵਾ ਬੈਟਰੀ ਦਾ ਪਾਣੀ ਨਹੀਂ ਪੀਦਾ ਉਹ ਸਾਫ ਹੁੰਦਾ ਵਾ ਗੁਰਦੇ ਕੰਮ ਨਹੀਂ ਕਰਦੇ ਕੀ ਮਾਰ ਖਾ ਲੈਣੀ ਆ ਬਸ ਕਰਦੇ ਯਾਰ ਕੌਣ ਪੀਂਦਾ ਬੈਟਰੀ ਦਾ ਪਾਣੀ ਉਹ ਯਾਰ ਇੱਕ ਅੱਧੀ ਵਾਰੀ ਸਿਰਫ ਯਾਰ ਛੱਡ ਦੇ ਯਾਰ ਇੱਕ ਮਿੰਟ ਇਹਨੂੰ ਗਾਲ ਹੀ ਕੱਢ ਦੇ ਨਹੀਂ ਨਹੀਂ ਯਾਰ ਪਿਆਰ ਮੈਂ ਬੰਨਾ ਜਿਹੜੀ ਬਿਸਤੀ ਦੀ ਹੋਈ ਗਾਲ ਉਹ ਪਿਸਟਲ ਲੈ ਕੇ ਗੋਲੀ ਮਾਰ ਕੇ ਕੰਮ ਮੁਕਾ ਦੂ ਨਹੀਂ ਨਹੀਂ ਯਾਰ ਨਹੀਂ ਨਹੀਂ ਨਾਦਰ ਵਾਲੀ ਗੱਡੀ ਮੁੱਲੇ ਚਾਹੀਦੀ ਦੁੱਧ ਸਾਈਕਲ ਚੜਾਈ ਜਾਣ ਦੇ ਓਏ ਉਹਦੇ ਤੇ ਨਹੀਂ ਚੜਾਈਦਾ ਚਪੇੜਾ ਅਗਰ ਤੂੰ ਵੀ ਤੇ ਫਿਰ ਬਗੈਰਤੀ ਕਰ ਜਾਣਾ ਗੱਲ ਗੱਲ ਤਾਂ ਫਿਰ ਜਦੋਂ ਦੋਵਾਂ ਪਾਸੇ ਫਿਰ ਤੂੰ ਜਾਂ ਤੇ ਤੂੰ ਆਪ ਠੀਕ ਹੋ ਪਹਿਲੇ ਸਹੀ ਕਹਿੰਦਾ ਸਹਿਜਦਾਨ ਬਣ ਗਿਆ ਭਾਈ ਨਿਆਣੇ ਚੰ ਬੰਦੇ ਆ ਮੈਂ ਕਿਹਾ ਕੀ ਹੋਇਆ ਕਹਿੰਦਾ ਸਾਰਾ ਤਜਰਬਾ ਢਾਤਾ ਇਹਨਾਂ ਨੇ ਤਜਰਬਾ ਅੱਛਾ ਉਹਨੇ ਕੋਈ ਚੀਜ਼ ਬਣਾਈ ਹੋਗੀ ਉਹਨੇ ਬੱਚਿਆਂ ਨੇ ਢਾਤਾ ਇਹਨੇ ਸਤਾਜ ਇਹਨੂੰ ਇੱਕ ਬੰਦਾ ਕਹਿੰਦਾ ਤੂੰ ਕਿਉਂ ਨਹੀਂ ਤਜਰਬਾ ਕਰਦਾ ਕਹਿੰਦਾ ਮੈਂ ਯਾਰ ਤਜਰਬਾ ਤੇ ਕਰ ਲਾ ਲੇਕਿਨ ਨੁਕਸਾਨ ਬੜਾ ਹੋ ਜਾਣਾ ਕਹਿੰਦਾ ਸਾਡੇ ਘਰ ਨਾ ਇਨਸਾਨੀ ਸੇ ਆ ਕੰਡਿਆਂ ਵਾਲੀ
ਮੈਂ ਕਿਹਾ ਤੇ ਭੁੱਪੀ ਦੇ ਲੱਕ ਤੇ ਬੋਕਰ ਬਣ ਕੇ ਫਿਰਦਾ ਉਹ ਯਾਰ ਕਿਹੜੇ ਕੰਮ ਲੱਗਾ ਉਹ ਸੇਹ ਕੰਡਿਆਂ ਵਾਲੀ ਹੁੰਦੀ ਹੋਰ ਜੰਗਲਾਂ 'ਚ ਹੁੰਦੀ ਹੈ ਬੋਕਰ ਵੀ ਖਰਾਬ ਕਰ ਲਈ ਉੱਥੇ ਯਾਰ ਅਸੀਂ ਪਾਗਲ ਹਾਂ ਯਾਰ ਇਨਸਾਨੀ ਸੇ ਲੈ ਬੋਕਰ ਬੰਨੀ ਅਲਫਬੇ ਸੇ ਮੈਂ ਨਹੀਂ ਕਹਿੰਦਾ ਸਾਡੇ ਕਰਨਾ ਇਨਸਾਨੀ ਸੇ ਆ ਹਾਂ ਬੋਲਦੀ ਵੀ ਆ ਕਹਿੰਦਾ ਅੱਗੋਂ ਬੋਲਦੀ ਯਾਰ ਇਹਦੇ ਨਾਲ ਤੂੰ ਕਹਿੰਦਾ ਨਾ ਕਿ ਮੈਨੂੰ ਮਿਲਿਆ ਕਹਿੰਦਾ ਸਾਡੇ ਘਰ ਮੋਰ ਆ ਸਾਡੇ ਘਰ ਮੋਰ ਨਹੀਂ ਆ ਮੈਂ ਗਿਆ ਤੇ ਪੁੱਪੀ ਦੇ ਲੱਕ ਤੇ ਝਾੜੂ ਬੰਨ ਕੇ ਉਹਨੂੰ ਫਰਾਉਂਦੇ ਮੋਰਨੀ ਚਲੋ ਮੋਰਨੀ ਵੀ ਕਰ ਲੈਂਦੇ ਆ ਚਲੋ ਕੰਡਿਆ ਕੰਡਿਆ ਵਾਲੀ ਸੇ ਸਹੀ ਇਹ ਮਜ਼ੇਦਾਰ ਸੀ ਸਾਡੇ ਘਰ ਇਨਸਾਨੀ ਸੇ ਆ ਲੈ ਬਹੁਤ ਅੱਛੀ ਯਾਰ ਤੂੰ ਪਾਗਲ ਹੋ ਤੁਸੀਂ ਤੁਸੀਂ ਮੈਨੂੰ ਜ਼ਲੀਲ ਕਰਾਓ ਤੇ ਅੱਗੇ ਬਸ ਬਸ ਗਲਤੀ ਹੋ ਗਈ ਮੈਨੂੰ ਕੀ ਪਤਾ ਗਲਤੀ ਹੋ ਗਈ ਮੈਂ ਰੋਜ਼ ਉਹਦੇ ਇੱਥੋਂ ਤੁਹਾਡੀ ਵਜ੍ਹਾ ਤੋਂ ਜ਼ਲੀਲ ਹੁੰਦਾ ਕਦੀ ਤੇ ਮੇਰੀ ਇੱਜ਼ਤ ਕਰਾ ਦਿਓ ਉਹਦੇ ਅੱਗੇ ਵਿਚਾਰੇ ਦੇ ਗੋਲਡੀ ਦਾ ਸਿਗਰ ਲੈ ਲਿਆ 50 ਰੁਪਏ ਦਾ ਦਹਿਸ਼ਤ ਪਾ ਰਿਹਾ ਮੈਂ ਗੋਲਡ ਪੀਤਾ ਮੇਰੇ ਤੋਂ ਬਚ ਜਾਓ ਅੱਜ ਮੈਂ ਫੜਕਾ ਦੇਣਾ ਕੋਈ ਨਾ ਸਿੰਘਮ ਨਾ ਕਿੱਧਰ ਸਿੰਘਮ ਹਾਂਜੀ ਲੈ ਪਿੱਛੇ ਅਮਰ ਖਾਲੀ ਤਸਵੀਰ ਲਾਈ ਫਿਰੇ ਉਹਦਾ ਕੀ ਤੁੱਕ ਬਣਦਾ ਤਸਵੀਰ ਲਾਉਣ ਦਾ ਕਹਿੰਦਾ ਧੂਮ ਵੇਖ ਕੇ ਮੈਂ ਉਹਨਾਂ ਦੀ ਕਾਪੀ ਕਰ ਰਿਹਾ ਡਾਕਟਰ ਬਣ ਗਏ ਇੱਕ ਮਰੀਜ਼ ਆਣ ਕਹਿੰਦਾ ਮੇਰੇ ਨਾ ਵੱਟ ਫਿਰਨ ਦਿਆ ਤੇ ਉਹਨੂੰ ਕਹਿੰਦੇ ਸੇਮ ਟੂ ਯੂ ਹਾਂ ਦੇਖਿਆ ਇਹ ਬੱਚਾ ਮੈਨੂੰ ਬਿਲਕੁਲ ਮੈਨੂੰ ਕੁਛ ਨੀ ਕਰਾਉਂਦਾ ਤੁਸੀਂ ਜ਼ਲੀਲ ਕਰਾ ਰਹੇ ਮੈਨੂੰ ਫਰੀਦਕੋਟ ਸਾਹਿਬ ਜੀ ਮਹਿਮਾਨ ਆਏ ਮਿਲਣ ਠੀਕ ਆ ਪਿੱਛੋਂ ਸ਼ੈ ਫੜਾ ਦਿਓ ਪਹਿਲੇ ਅੱਛਾ ਫਰੀਦ ਨੂੰ ਸਾਹਿਬ ਜੀ ਇੱਕ ਦੋਸਤ ਆਏ ਇਹਦੇ ਬੜੇ ਫੈਸ਼ਨ ਦੱਸਿਆ ਮੈਨੂੰ ਗਾਣੇ ਦਾ ਬਹੁਤ ਸ਼ੌਕ ਆ ਗਾਣੇ ਦਾ ਹਾਂਜੀ ਉਹ ਅੰਦਰ ਬੈਠੇ ਉੱਥੇ ਲੰਗਰ ਸ਼ੰਗਰ ਕਰਾ ਰਿਹਾ ਉਹਨਾਂ ਨੂੰ ਤੇ ਪਿੱਛੋਂ ਆਵਾਜ਼ ਆਉਣੀ ਚੀ ਚੀ ਉਹਨੇ ਕਿਹਾ ਕਹਿੰਦਾ ਸਰੰਗੀ ਵੱਜ ਰਹੀ ਆ ਤੇ ਬਾਅਦ ਚ ਪਤਾ ਲੱਗਾ ਬੂਹੇ ਦੇ ਕਾਬਲੇ ਖਰਾਬ ਆ ਕਾਬਲੇ ਦਾ ਤੇਜ਼ ਤਾਂ ਲਾ ਲਿਆ ਕਰੋ ਉਹਨਾਂ ਨੂੰ ਯਾਰ ਸਭ ਤੋਂ ਵੱਡਾ ਭਰਾ ਕਹੀ ਜਾਵੇ ਪ੍ਰਾਹੁਣੇ ਭਜਾਣ ਵਾਲਾ ਤਵੀਤ ਕਿੱਥੇ ਪਿਆ ਉਹਨਾਂ ਨੂੰ ਖਵਾਈ ਪਿਆਈ ਦਾ ਵਾ ਭਜਾਈ ਦਾ ਡੇਲੀ ਆ ਜਾਂਦੇ ਆ ਜੀ ਪਤਾ ਕੀ ਥੋੜਾ ਜਿਹਾ ਤੇਰੀ ਵੀ ਮਿਸਟੇਕ ਹੈ ਵਿੱਚ ਪਤਾ ਕੀ ਸਾਰਾ ਇਹਨਾਂ ਦਾ ਨਹੀਂ ਕਸੂਰ ਲੇਕਿਨ ਹਾਂ ਜ਼ਿਆਦਾ ਇਹਨਾਂ ਦਾ ਵਾ ਲੇਕਿਨ ਇਹ ਵੀ ਮਾੜੀ ਗੱਲ ਆ ਵੀ ਪ੍ਰਾਹੁਣੇ ਆ ਗਏ ਅੱਲਾ ਦੀ ਰਹਿਮਤ ਹੁੰਦੀ ਤੂੰ ਉਹਨਾਂ ਨੂੰ ਖਵਾ ਪਿਆ ਇਹ ਬੜਾ ਬੇਵਕੂਫ ਹਸਤਾ ਜੀ ਕਿੱਦਾਂ ਕਾਰਟੂਨ ਵੇਖ ਕੇ ਕਹੀ ਜਾਂਦੇ ਇਹਨਾਂ ਦੀ ਕੀ ਜ਼ਿੰਦਗੀ ਵਿਚਾਰਿਆਂ ਦੀ ਦੱਸ ਤੂੰ ਮਾਮਾ ਦੀ ਕਾਹਦੀ ਜ਼ਿੰਦਗੀ ਦੱਸ ਤੂੰ ਛੱਲੀ ਖਾ ਕੇ ਤੁੱਕੇ ਨਾਲ ਲੱਕ ਖੁੜਕਣ ਦੇ ਆ ਕੈਸਾ ਹੁੰਦੇ ਹੋ ਬੈਠਕ ਕਾਮੇਡੀ ਪ੍ਰੀਤ ਆਪਾਂ ਨੂੰ ਕੁੱਟਣ ਦਿਆ ਤੇ ਬੜੇ ਕਹਿੰਦੇ ਅੱਜ ਬੇਸ ਘੱਟ ਨਹੀਂ ਉਹ ਮਰੇ ਕੀ ਸਾਊਂਡ ਸਿਸਟਮ ਤੇ ਕੁੱਟਣ ਦਿਆ ਤੈਨੂੰ ਉਹ ਬੇਸ ਕਾਹਦੀ ਘੱਟ ਯਾਰ ਕੀ ਡੀਜੇ ਵਾਲਾ ਬਾਬਾ ₹70 ਲੱਖ ਦਾ ਲਿਆ ਤੇ ਥੱਲੇ ਮੰਜੀ ਬੰਨੀ ਟਰੱਕ ਵਾਲਿਆਂ ਮੈਂ ਬਾਲ ਯਾਰ ਆਪਸ ਚ ਨਾ ਏਦਾਂ ਨਾ ਕਰੋ ਸਿਆਣਾ ਬਹਿਣਾ ਬੰਦਾ ਬਕਵਾਸ ਝੂਠ ਬੋਲ ਰਿਹਾ ਤੂੰ ਭੱਠੇ ਨੂੰ ਧੂਆਂ ਨਿਕਲਦਾ ਤੈਨੂੰ ਨੀ ਪਤਾ ਹੁੰਦਾ ਰੇਟਾਂ ਬਣਦੀਆਂ ਤੂੰ ਉਹਨਾਂ ਨੂੰ ਕਹਿੰਦੇ ਬੈਟਰੀ ਬਦਲੋ ਸੇਬ ਬਦਲੋ ਫਲੇਵਰ ਕਿਹੜਾ ਪਾਇਆ ਪਾਗਲ ਤੂੰ ਤੂੰ ਤੇ ਗੱਲ ਕਰਤੀ ਤੈਨੂੰ ਪਤਾ ਕਿੱਥੇ ਤੱਕ ਗੱਲ ਜਾਂਦੀ ਮੁੜ ਕੇ ਯਾਰ ਇੱਕ ਮਾੜੀ ਜਿਹੀ ਨੀ ਗੱਲ ਹੀ ਆ ਬੰਦਾ ਕਰ ਹੀ ਬੰਦਾ ਬਈ ਕਿਹੜੀ ਗੱਲ ਸਾਜੀ ਕਾਲੂ ਉਹਨਾਂ ਦੇ ਘਰ ਵੱਡੀ ਕੁਰਸੀ ਪਈ ਮੈਂ ਕਿਹਾ ਇਹ ਕੀ ਕਹਿੰਦਾ ਇੱਥੇ ਅਸੀਂ ਆਪਣਾ ਪੱਠਾ ਬਿਠਾਉਣਾ
ਡਾਕਟਰੀ ਦਾ ਕੋਰਸ ਕਰ ਲਿਆ ਸਰ ਜੀ ਇਹਨੇ ਇਹਨੇ ਤੇ ਡਾਕਟਰੀ ਦਾ ਕੋਰਸ ਕਰ ਲਿਆ ਡਾਕਟਰੀ ਦਾ ਕੋਰਸ ਕਰ ਲਿਆ ਵਾ ਠੀਕ ਆ ਉੱਥੇ ਇੰਟਰਵਿਊ ਦੇਣ ਗਿਆ ਤੇ ਉਹਨੇ ਕਹਿੰਦਾ ਇਸਕਾ ਟੈਂਪਰੇਚਰ ਬਤਾਏ ਉਹ ਯਾਰ ਇਹਦਾ ਟੈਂਪਰੇਚਰ ਕਾਹਦਾ ਹੁੰਦਾ ਯਾਰ ਟੈਂਪਰੇਚਰ ਕਿੱਥੇ ਹੁੰਦਾ ਪਤਾ ਹੈ ਇਸਕਾ ਟੈਂਪਰੇਚਰ ਕਿਆ ਹੈ ਕਿਹੜਾ ਟੈਂਪਰੇਚਰ ਹੁੰਦਾ ਇਸ ਤੋਂ ਬਾਅਦ ਹੋਰ ਗਲਤੀ ਦੱਸ ਇੱਕੋ ਹੀ ਇਹੋ ਹੀ ਹੋਈ ਐਡਾ ਤੂੰ ਗੁੱਸਾ ਕਰ ਜਾਂਦਾ ਤੇ ਜਿਹੜੀ ਭੱਠੇ ਵਾਲੀ ਸੀ ਉਹ ਯਾਰ ਭੱਠੇ ਵਾਲੀ ਤੇ ਪੁਰਾਣੀ ਸੀ ਨਾ ਉਹ ਤੇ ਅੱਜ ਇਹਨੇ ਦੱਸੀ ਕਰੀ ਜਾ ਤੂੰ ਵੀ ਏਸੀ ਦਾ ਪਾਣੀ ਪੀ ਕੇ ਕਹਿੰਦਾ ਹਲਕਾ ਹੁੰਦਾ ਉਹ ਯਾਰ ਨਹੀਂ ਹੁੰਦਾ ਯਾਰ ਉਹਨੂੰ ਤਾਂ ਹੀ ਹੁੰਦਾ ਵਾ ਯਾਰ ਦਰਵਾਜ਼ੇ ਦੇ ਉੱਤੋਂ ਦੀ ਝਾਤੀ ਮਾਰ ਕੇ ਕਹਿਣ ਡਿਆ ਕਿ ਮੈਂ ਅੰਦਰ ਆਣਾ ਉਹ ਵਿੱਚੋਂ ਖੋਲ ਕੇ ਅੰਦਰ ਜਾ ਚਵਲਾ ਮਾਰਨ ਡਿਆ ਯਾਰ ਆਪਣੇ ਅੱਬੂ ਨੂੰ ਕਹਿੰਦਾ ਅੱਬੂ ਮੈਂ ਤੈਨੂੰ ਮਾਮੂ ਕਹਿ ਲਾ ਅੱਬੂ ਨੂੰ ਕੌਣ ਮਾਮੂ ਕਹਿੰਦਾ ਤੇਰਾ ਵੀ ਵਿੱਚ ਕਸੂਰ ਹੈ ਚਵਲਾ ਮਾਰਦਾ ਮੋਟਰਸਾਈਕਲ ਨੂੰ ਧੱਕਾ ਲਾ ਕੇ ਸਟਾਰਟ ਕਰਨ ਡਿਆ ਕਿੱਕ ਮਾਰ ਤੂੰ ਲੈਂਦ ਗਿਫਟ ਕੀਤੇ ਮੈਂ ਕਿੱਥੇ ਆ ਧੁਨੀ ਤੇ ਲਾ ਕੇ ਫਿਰ ਆਉਂਦਿਆ ਉਹ ਅੱਖਾਂ ਤੇ ਲਾਈ ਦੇ ਆ ਬਹੁਤ ਨਾਰਮਲ ਕਰ ਲਈ ਨਾ ਗੱਲ ਨਹੀਂ ਇਹ ਤੇ ਇਹ ਕੋਈ ਕਾਮੇਡੀ ਨੀ ਇਹ ਤੇ ਤੁਸੀਂ ਉਸ ਉਹਦੇ ਚ ਰਾਹ ਲਿਆ ਉਹਦੇ ਸੁਰ ਜਿਹੜਾ ਅਗਲੀ ਗੱਲ ਤੁਸੀਂ ਕਰਦੇ ਪਿਛਲੀ ਗੱਲ ਵੀ ਕਰੋ ਪੂਰੀ ਹਾਂਜੀ ਅਗਲੇ ਨੇ ਕਿਹਾ ਅਗਲੇ ਦੋ ਦੰਦ ਤੜਾ ਤੇ ਆਪਣੇ ਉਹ ਕਿਉਂ ਇਹ ਕਹਿੰਦਾ ਸਾਹ ਲੈਣ ਚ ਆਸਾਨੀ ਹੁੰਦੀ ਉਹ ਬੇਵਕੂਫਾ ਨੱਕ ਇਹ ਗੱਲ ਹੁੰਦੀ ਹੁਣ ਤੁਸੀਂ ਪਹਿਲੇ ਇਹ ਕਹਿੰਦਾ ਪੁੱਠੀ ਜੁੱਤੀ ਪਾ ਕੇ ਫਿਰ ਉਹ ਸਿੱਧੀ ਪਾਈ ਦੀ ਇਹ ਕੀ ਗੱਲ ਹੋਈ ਘਰ ਦੇ ਅੰਦਰ ਵੜਿਆ ਬੂਹਾ ਖੁੱਲਾ ਛੱਡ ਗਿਆ ਬੂਹਾ ਤੇ ਬੰਦ ਕਰਕੇ ਜਾਈਦਾ ਏਦਾਂ ਦੀਆਂ ਤੇ 70,000 ਗੱਲਾਂ ਐਵੇਂ ਦੱਸ ਉਹ ਜਾ ਕੰਮ ਕਰ ਰਾਤ ਨੂੰ ਨਾਸ਼ਤਾ ਕਰੀ ਜਾਵੇ ਸੇਰੇ ਕਰੀਦਾ ਇਹ ਤਾਂ 50,000 ਗੱਲਾਂ ਬਣਾ ਲਾ ਦੱਸ ਦਿਮਾਗ ਖਰਾਬ ਹੈ ਗੱਲ ਕਰ ਤੂੰ ਗੱਲ ਕਰ ਜਿੱਦਾਂ ਅਗਲਾ ਗੱਲ ਕਰਦਾ ਵਾ ਕਿ ਦੇਖ ਕਹਿੰਦਾ ਏਡਾ ਪਾਗਲ ਆ ਕਹਿੰਦਾ ਕਹਿੰਦਾ ਮੇਰਾ ਇਨਸਾਨੀ ਸੇ ਆ ਸਾਡੇ ਘਰ ਫੁੱਫੀ ਦੇ ਲਾਗੇ ਤਾਂ ਝਾੜੂ ਬੰਨ ਕੇ ਫਿਰ ਗੱਲ ਪੂਰੀ ਆ ਇਹ ਕੀ ਗੱਲ ਹੋਈ ਯਾਰ ਐਵੇਂ ਜੁੱਤੀ ਘਸੀਟ ਘਸੀਟ ਕੇ ਤੁਰੀ ਜੇ ਮੈਂ ਕੀ ਹੋਇਆ ਕਹਿੰਦਾ ਟੁੱਟ ਗਿਆ ਹੱਥੋਂ ਕੰਡਾ ਲਾ ਤੂੰ ਆਹ ਕਿਹੜੀ ਗੱਲ ਆ ਆਹੋ ਇੰਜ ਫੜ ਕੇ ਤੁਰਿਆ ਜੇ ਮੈਂ ਕੀ ਹੋਇਆ ਕਹਿੰਦਾ ਬਟਨ ਟੁੱਟੇ ਉੱਥੋਂ 2 ਰੁਪਏ ਦੇ ਕੇ ਨਲਕੀ ਤੇ ਲਵਾ ਲਾ ਤੂੰ ਆਹ ਕੀ ਗੱਲ ਆ ਕੋਈ ਕਰਨ ਵਾਲੀ ਆਹੋ ਵੀ ਇਹ ਏਦਾਂ ਨੀ ਕਾਲੂ ਦਾ ਮੁਕਾਬਲਾ ਆਉਣਾ ਤੂੰ ਮੇਰੇ ਕਰੈਕਟਰ ਨੂੰ ਫਿੱਕਾ ਕਰ ਸਕਦਾ ਮੇਰੇ ਹੁੰਦੇ ਆ ਤੇਰੀ ਐਸੀ ਦੀ ਤੈਸੀ ਨੀ ਬਹੀਮੀਆਂ ਨੂੰ ਫੋਨ ਕਰਿਆ ਕਹਿੰਦਾ ਤੇਰਾ ਅਕਰਮ ਨੇ ਨਾ ਮੈਚਅਪ ਕਰਾਵਾਂ ਇਨਸਾਫ ਕਰਨਾ ਜਿਹੜੀ ਮੈਂ ਗੱਲ ਕਹਿ ਰਿਹਾ ਲੌਜੀਕਲੀ ਉਹਨੇ ਪਹਿਲੀ ਗੱਲ ਵੀ ਭਾਰੀ ਕੀਤੀ ਉਹਨੇ ਸਕ੍ਰਿਪਟ ਇਹ ਕੀ ਗੱਲ ਹੋਈ ਹੁਣ ਕੋਸ਼ਿਸ਼ ਕੀਤੀ ਲੇਕਿਨ ਤੁਸੀਂ ਉਹਨੂੰ ਬਰਾਬਰੀ ਕਰਨ ਦੀ ਕੋਸ਼ਿਸ਼ ਨਾ ਇਨਸਾਫ ਭਾਈ ਮੈਂ ਦੇਖੋ ਮੈਂ ਸ਼ੋਅ ਵੀ ਕਰਦਾ ਸੀ ਜਿਹੜੀ ਗੱਲ ਫਿੱਕੀ ਜਾਂ ਮਾੜੀ ਹੁੰਦੀ ਸੀ ਮੈਂ ਆਪ ਵੀ ਕਰਦਾ ਮੈਂ ਕਹਿੰਦਾ ਫਿੱਟੇ ਮੂੰਹ ਵੀ ਫਿੱਕੀ ਗੱਲ ਹੋ ਗਈ ਇਹਦੇ 'ਚ ਨਹੀਂ ਹੋਣਾ ਉਹਨੇ ਜਿਹੜੀ ਗੱਲ ਕੀਤੀ ਠੀਕ ਆ ਉਹਨੇ ਅੱਗੋਂ ਟਰੈਕ ਤੋਰ ਲੇਕਿਨ ਉਹਦੇ ਟਰੈਕ ਤੋਂ ਉਹਦੇ ਟਰੈਕ 'ਚ ਵਜ਼ਨ 'ਚ ਬਹੁਤ ਫਰਕ ਆ ਉਹਦਾ ਸਕ੍ਰਿਪਟ ਚੈੱਕ ਕਰ ਉਹਨੇ ਇਹ ਨਹੀਂ ਕਿਹਾ ਅਕਰਮ ਰਾਹੀ ਦਾ ਗਾਣਾ ਲਾ ਕੇ ਇੱਦਾਂ ਕਰ ਲਿਆ ਤੂੰ ਉਹ ਲਾ ਲਾ ਉਹਨੇ ਕਿਹਾ ਬੂਹੇ ਮੀਆਂ ਦਾ ਅਕਰਮ ਬੂਹੇ ਮੀਆਂ ਨੂੰ ਫੋਨ ਕਰਕੇ ਕਹਿ ਰਿਹਾ ਤੇਰਾ ਅਕਰਮ ਰਾਹੀ ਨਾਲ ਪੈਸ਼ਅਪ ਮੈਸ਼ਅਪ ਕਰਾ ਦਾਂ ਜੋੜ ਬਣਦਾ ਨਹੀਂ ਹੁਣ ਉਹ ਕਿੱਡਾ ਬਣਾ ਲਓ ਨਸੀਬ ਸਾਡੇ ਦੇਖੇ ਇਧਰੋਂ ਹੁਣ ਉਹ ਬੀਵੀਆਂ ਕਵੇ ਤਿੰਨ ਚੋਂ ਕੱਢ ਲਿਆ ਦਿਲ ਨਾਲ ਹੀ ਨਸੀਬ ਸਾਡੇ ਲਿਖੇ ਚੰਗਾ ਲੱਗਦਾ ਚੰਗਾ ਲੱਗਦਾ ਤਾਂ ਬੇਵਕ ਜਾ ਪਾਗਲ ਆ ਇਹਨਾਂ ਦਾ ਕਿਤੋਂ ਤੂੰ ਉਹਦਾ ਮੇਲ ਜੁਲ ਤਾਂ ਕਰਾ ਹਾਂ ਨਾ ਡਬਲ ਬੈਡ ਦਿੱਤਾ ਬੜਾ ਖੂਬਸੂਰਤ 70-80 ਹਜ਼ਾਰ ਵਾਲਾ ਉਹਦੀ ਦਾਮਨ ਕਸਣ ਡਿਆ ਡਬਲ ਬੈਡ ਦੀ ਕਿਹੜੀ ਦਾਮਨ ਹੁੰਦੀ ਨੀ ਕਸਣ ਕਿੱਦਾਂ ਲੱਗ ਪਿਆ ਕਿਤੇ ਮੈਂ ਵੀ ਤੇ ਇਹੀ ਕਹਿਣ ਡਿਆ ਹੁੰਦੀ ਨੀ ਕਿਉਂਕਿ ਕਸਣ ਡਿਆ ਸੀ ਤੂੰ ਕਸਾ ਹੀ ਦਿੱਤੀ ਆ ਮੰਜੀ ਦੀਆਂ ਪੈਨਾਂ ਕਸ ਰਿਹਾ ਨਾਲ ਹਿਸਾਬ ਕਰ ਰਿਹਾ ਦੋ ਖਿੱਚ ਕੇ ਨਾਲ ਲਿਖ ਰਿਹਾ 4-6 ਓਏ ਉਹਨੂੰ ਕਸ ਖਤਮ ਕਰ ਕੰਮ ਨੂੰ ਸਹੀ ਗੱਲ ਲਾਗੋ ਕਹਿੰਦਾ ਸਹੀ ਗੱਲ ਅੱਛਾ 10-5 ਸੂਬੇ ਉਹਦੇ ਕੋਲ ਪੁੱਛਿਆ ਸੀ
ਉਹਨੂੰ ਕਹਿਣਾ ਗਿਲਗਿਤ ਬਲਤਿਸਤਾਨ ਕਹਿ ਦਿਓ ਸਾਜੀ ਇਸ ਗਿਲਗਿਤ ਬਲਤਿਸਤਾਨ ਬਲਤਿਸਤਾਨ ਗਿਲਗਿਤ ਬਲਤਿਸਤਾਨ ਕਹਿਓ ਕਹਿ ਗਿਲਗਿਲ ਪਾਕਿਸਤਾਨ ਜਾਂ ਪਾਕਿਸਤਾਨ ਗਿਲਗਿਲ ਕਿੰਨਾ 500 ਕਿਹਾ ਸੀ 100 ਤੇ ਦੇਣਾ 100 ਜਿਨ੍ਹਾਂ ਤੇ ਉਹਨੇ ਕਹਿ ਦਿੱਤਾ ਇਹ ਬੜਾ ਬੇਵਕੂਫ ਬੰਦਾ ਪੀਂਗ ਤੇ ਬੈਗ ਰੋਟੀ ਖਾਣ ਦੇ ਅੱਛਾ ਅਗਲੇ ਜਿੱਥੇ ਪੀਂਗ ਜਾ ਰਹੀ ਨਾ ਐਂਡ ਤੇ ਹਾਂਜੀ ਉੱਥੇ ਚਟਨੀ ਰੱਖੀ ਪਿੱਛੋਂ ਆ ਕੇ ਬੁਰਕੀ ਲਾਉਂਦਾ ਜਦੋਂ ਪੂਰਾ ਜਾਂਦਾ ਐ ਲੱਕ ਨੂੰ ਫੇ ਵਾਪਸ ਦੱਸ ਯਾਰ ਕੈਸਾ ਜਾਲ ਕੁੜੀ ਇੱਕ ਆ ਕੇ ਕਾਲੂ ਨੂੰ ਕਹਿੰਦੀ ਮੈਂ ਤੁਮਸੇ ਪਿਆਰ ਕਰਤੀ ਹੂੰ ਉਹਨੂੰ ਕਹਿੰਦਾ ਤੂੰ ਪਹਿਲੇ ਆਪਣੇ ਪੈਰਾਂ ਤੇ ਖਲੋ ਜਾ ਓਏ ਉਹਨੇ ਕਹਿਣਾ ਸੀ ਯਾਰ ਇਹ ਤੇ ਉਹ ਇੱਕ ਬੰਦੇ ਦਾ ਵਿਆਹ ਹੁੰਦਾ ਨਾ ਵਿਚਾਰਾ ਸਾਈ ਟੈਪ ਜਿਹਾ ਹੁੰਦਾ ਸ਼ਰੀਫੁਲ ਨਫਸ ਆਦਮੀ ਤੇ ਬੁੱਢੀ ਨੂੰ ਪੁੱਛਦਾ ਪਹਿਲੇ ਦੇਣੀ ਕਹਿੰਦਾ ਆਪਨੇ ਕਭੀ ਕਿਸੀ ਸੇ ਪਿਆਰ ਕੀਆ ਕਹਿੰਦੀ ਜੀ ਨਹੀਂ ਆਪ ਕਭੀ ਆਪਕੋ ਕੋਈ ਅੱਛਾ ਲਗਾ ਕਹਿੰਦੀ ਨਹੀਂ ਆਪ ਕਭੀ ਕਿਸੀ ਕੇ ਸਾਥ ਬਾਜ਼ਾਰ ਗਈ ਹੋ ਕਿਸੀ ਬੁਆਏਫ੍ਰੈਂਡ ਜਾਂ ਕਿਸੀ ਕੇ ਸਾਥ ਕਹਿੰਦੀ ਨਹੀਂ ਆਪਕੋ ਕਿਸੀ ਨੇ ਲਵ ਯੂ ਕਹਾ ਹੋ ਕਹਿੰਦੀ ਨਹੀਂ ਕਹਿੰਦਾ ਤਲਾਕ ਕਿਉਂ ਉਹ ਕਹਿੰਦਾ ਜਿਹੜੀ ਕਿਸੇ ਦੀ ਨਹੀਂ ਬਣੀ ਇਹਨੇ ਮੇਰੀ ਕੀ ਬਣਨੀ ਛੋਟੇ ਭਰਾ ਦੇ ਲੱਗ ਤੇ ਨਾ ਸਾਈਕਲ ਦੀ ਮੋਟਰਸਾਈਕਲ ਦੀ ਚੈਨ ਬੰਨੀ ਮੈਂ ਕਿਹਾ ਕਹਿੰਦਾ ਹੌਲੀ ਟੁਰਦਾ ਕੀ ਕਹਿੰਦਾ ਕਹਿੰਦਾ ਹੌਲੀ ਟੁਰਦਾ ਉਹ ਏਦਾਂ ਨੀ ਕਰੀਦਾ ਭਰਾ ਮਾਰਨਾ ਹੀ ਮਹੱਲੇ ਚ ਸਾਰੀ ਲੜਾਈ ਹੋ ਗਈ ਅੰਦਰੋਂ ਪਿਛੜ ਕੱਢ ਕੇ ਲਿਆ ਗੋਲੀਆਂ ਨਹੀਂ ਵਿੱਚ ਡੂਮਣਾ ਪਾ ਕੇ ਚਲਾਉਂਦੇ ਆ ਕੀ ਪਾ ਕੇ ਡੂਮਣਾ ਕਾਲਾ ਭੂੰਡ ਯਾਰ ਗੋਲੀ ਨਹੀਂ ਹੈ ਕਿਤੇ ਨਾ ਲੜ ਤੂੰ ਵੈਸੇ ਰੋੜਾ ਮਾਰ ਡੂਮਣੇ ਨੇ ਵੀ ਕਤਲ ਕਰਤਾ ਤੂੰ ਯਾਰ ਤੂੰ ਫਿਰ ਇਹ ਗੱਲ ਇਹਨੇ ਕਬੱਡੀ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਇਹਨੇ ਇੰਜ ਪੱਟਾਂ ਦੇ ਹੱਥ ਮਾਰੇ ਤੇ ਬੀੜ ਥੱਲੇ ਡਿੱਗ ਉਹ ਏਦਾਂ ਨਹੀਂ ਕਰੀਦਾ ਹੁੰਦਾ ਇਹਦਾ ਕੀ ਤੁੱਕ ਬੰਦਾ ਉਹ ਸਾਜ ਜੀ ਨਕਲੀ ਸੀ ਨਾ ਇਹਨੇ ਇੰਜ ਕੀਤਾ ਉਹ ਤਾਂ ਮਗਰ ਆਓ ਡਰਾਈਵਰ ਸੀਗਾ ਸਾਜ ਜੀ ਠੀਕ ਆ ਮਾਲਕ ਇਹਦੇ ਨਾਲ ਬੈਠਾ ਵਾ ਤੇ ਉਹਨੇ ਕਿਤੇ ਸੀਟ ਪਿੱਛੇ ਗਈ ਉਹਦੇ ਧੋਣ ਚ ਮੈਂ ਕਹਿੰਦਾ ਆਰਾਮ ਨਾਲ ਬੈਠਾ ਫ੍ਰੀ ਨਾ ਹੋ ਪੋਦਾ ਤੈਨੂੰ ਅੱਗੇ ਸਿੱਧੀ ਗੱਲ ਯਾਰ ਉਹਦੀ ਕਾਰ ਆ 40 ਲੱਖ ਰੁਪਏ ਦੀ ਕਾਲਾ ਤੂੰ ਉਹਨੂੰ ਚੰਡਾ ਮਾਰੀ ਜਾਂ ਮਾਮਾ ਲੱਗਦਾ ਹੁੰਦਾ ਮੈਂ ਵੈਸੇ ਕਾਲੂ ਮੈਂ ਨਾ ਦੂਜੀ ਜੁਗ ਤੋਂ ਸਮਝ ਗਿਆ ਸੀ ਵੀ ਇਹ ਟਰੈਕ ਨਹੀਂ ਚੱਲਦਾ ਤੂੰ ਵੀ ਨਾ ਕਰ ਡਰਾਈਵਰ ਆਜ਼ਾਦ ਕਰ ਗਿਆ ਠੀਕ ਆ ਚਲੋ ਯਾਰ ਮੈਨੂੰ ਫੈਸਲ ਕੋ ਮਾਫੀ ਮੰਗਣ ਤੇ ਮਜਬੂਰ ਨਾ ਕਰੀ ਚਲੋ ਠੀਕ ਆ ਰਹਿਣ ਦੋ ਸਾਜੀ ਸਾਰੇ ਵੱਡੇ ਹੋ ਤੁਸੀਂ ਯਾਰ ਇਹਨ ਕੋ ਖੈਬਰ ਪਖਤੂਨਖਵਾ ਤੁਸੀਂ ਕੀ ਕਹਿਣਾ ਕੀ ਕਹਿਣਾ ਪੈਰ ਜਾ ਕੀ ਕਹਿਣਾ ਖੈਬਰ ਪਖਤੂਨਖਾ ਖੈਬਰ ਪਖਤੂਨਖਾ ਪਖਤੂਨ ਖੈਬਰ ਪਖਤੂਨਖਾ ਖੈਬਰ ਪਖਤੂਨਖਾ ਖੈਬਰ ਪਖਤੂਨਖਾ ਕਹਿ ਉਧਰ ਤੇ ਓਕੇ ਕਰ ਲਓ ਪਹਿਲੇ ਓਕੇ ਆ ਯਾਰ ਕਿੰਨੇ ਪੈਸੇ ਦੇਗਾ ਕਿੰਨੇ ਦੱਸਦਾ ਜੀ 500 ਰੁਪਿਆ 500 ਰੁਪਏ ਚ ਉਹਨੇ ਕਹਿਣਾ ਖੈਬਰ ਪਖਤੂਨਖਾ ਆਪ ਤੁਸੀਂ ਯਾਰ ਇੰਦਾ ਵੱਡਾ ਨਾਮ ਆ ਖੈਬਰ ਪਖਤੂਨਖਾ ਚੱਲ ਵੀ ਕਹਿ ਚੱਲ ਉਹ ਕੋ ਨਹੀਂ ਗਿਆ ਜਿਹੜਾ ਰਹਿ ਜੋ ਹਾਂ ਕਹਿ 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 ਖੈਬਰ ਉਹ ਬਸ ਹੈ ਬਸ ਕੀ ਬਸ ਹਾਂ ਖੈਬਰ ਪਖਤੂਨ ਖਾਨ ਖਾਨ ਖਾ ਖਾ ਖਾਨ ਕੱਲਾ ਖਾ ਖਾ ਦਾ ਖੈਬਰ ਪਖਤੂਨਖਵਾ ਮੈਂ ਵੀ ਪਹਿਲੇ ਖਾਨ ਹੀ ਕਹਿੰਦੇ ਆ ਇਹਨੂੰ ਪੁੱਛੋ ਚਲੋਬਿਸਤਾਨ ਦਾ ਇਹਨੂੰ ਕਿਹਦਾ ਚਲੋਬਿਸਤਾਨ ਚਲੋਬਿਸਤਾਨ ਚਲੋਪਿਸਤਾਨ ਤੂੰ ਕਹਿ ਸ਼ਾਹਰਾਹੇ ਕਰਾਕਰਮ
ਸਾਜੀ ਕਸਵੇ ਇਹਦੇ ਕੋਲ ਸਿੰਪਲ ਲਫ਼ਜ਼ ਨਹੀਂ ਕਿਹਾ ਜਾਣਾ ਕਿਹੜਾ ਇਹ ਜਿਹੜਾ ਸ਼ਹਿਰ ਆਇਆ ਕਰਾਕਰਮ ਸਹੀ ਸੀਰੀਅਸ ਕਿਹਾ ਸ਼ਹਿਰ ਆਏ ਕਰਾਕਰਮ ਹਾਂ ਕਰਾਕਰਮ ਜੇ ਤੂੰ ਸਾਦਾ ਲਫ਼ਜ਼ ਕਹਿੰਦੇ ਪ੍ਰੋਪੋਗੈਂਡਾ मुस्तंसर तू कह अब्दुल गुप गपंगम खान अब्दुल गुप गुपकंबल खान अब्दुल गुप गपंगम खान अब्दुल बुक शपंगल खान अब्दुल बुक तू क्या तेज अब्दुल गुप गपंगम खान अब्दुल गुप गपंगम खान नहीं ते सही क्या सही क्या है अब्दुल गुप गपंगम खान हां तू क्या अब्दुल गुप गपंगम खान अब्दुल गुप गपंगम खान सही क्या नहीं एंड को अब्दुल गफम मोहम्मद सज्जद जवेद को अब्दुल गफम मसज्ज जवेद की मसज्ज यार बहुत से फरीद बहुत आला ओ फरीद नु का तो की हो गया ओए ठहर जा के हाथ धोते अब्बू कह अब्बू मेनू जिन्नू मर्जी कह ला जिन्नू मर्जी कह ला यार नहीं पागल कोई गल नहीं मैं अब्बू ही हूं देख आया तू ये मेरी आंखा नहीं करा ले डैड हां डैड शराब पी के खुसन नु कही जा भलिए लोके ओए ओए उन्होंने कही दा हुंदा ओदा होर साहब भलिए लोके मेरे बूटी पी के खुसन नु कही जांदा तेरा समझौता करा दमा भी ओ कड़ा लड़या किसे दा यार चुप कर जा अपने अपने अब्बे नु कहने मैं दसदा किन्ना घर आ जा ले ओ यार दसदा की कहदा की है अपने अब्बू नु कहंदा अपने अब्बे नु कहंदा मैं दसदा किन्ना घर आ जा ले दसदा की यार कहना अबू नु कहना मैं दस तक गिनना ही कार आ जा अपने अबू नु कह रहा मैं दस तक गिनना ही कार आ यार कैसी गल अबू का कन वगन दिया थले भांडा रखो आहो तमाखू वाली गुत्ता नहीं हुई साहजी होटल वो लैके घर लिया दादे ने खेला ईकली चिली इकली पाबल मेरे तो लक च चिलम धर के दे यार उन्हें चिलम वास्ते मंगाई है लाशा पा दी थाने थोड़ी है हर थाने हुक्का पीन दिया कोटने कुंडी रख के फी बना लेप दिता अच्छा कुंडी घोटना यार होर हों की हो गया थले कोलियां लाइया पूरी घुंगरू पा के भाई लंगर लैन च लगा एक बंदा अगे जा करिए दूरों ही पता लग गया भी ये बंदा कितने तक पहुंच गया इन्ना मैं डॉक्टर दादी दे गुर्दे कढ के बाहर उन्हें साफ कराने धोन दे पबजी खेडन दे लागे बैठा कभी कैंची चला के वेखियो साइकिल दी कैंची होर हुंदी यार पबजी होर लेटेस्ट गेम है यार कैंची की मतलब साइकिल दी छोटे हुंदे चलाउंदे सी मैं तेरे को सुना फेर ना दे यार ताजी कालू डॉक्टर हुंदा सी एक पता ना इहदे को कैंसर दा इलाज कराउणा है कैंसर ही टेंड करदे आ ना इहने साइड कटिंग करदी ओह कहंदा आ के किता कर कहंदा कैंसर हले शुरू होया सी तू मामा सारी कर दे बेचारे दी वन साइड कहंदा कैंसर हले शुरू ही होया सी ਇਹਨੂੰ ਫਾਂਸੀ ਦਾ ਆਰਡਰ ਆਇਆ ਉਹਨੇ ਕਿਹਾ ਤੇਰੀ ਆਖਰੀ ਖਵਾਇਸ਼ ਕਹਿੰਦਾ ਮੈਨੂੰ ਬੁੱਢਾ ਹੋ ਕੇ ਫਿਰ ਫਾਂਸੀ ਦਿਓ ਤੈਨੂੰ ਲੱਗਿਆ ਉਹਨਾਂ ਨੇ ਕਿ ਫਾਂਸੀ ਦੇਣ ਲੱਗਿਆ ਉਹਨਾਂ ਨੇ ਕਿਹਾ ਜੀ ਤੇਰੀ ਆਖਰੀ ਖਵਾਇਸ਼ ਕਹਿੰਦਾ ਮੈਂ ਤਦ ਹੀ ਮੌਤ ਮਰਨਾ ਚਾਹੁੰਦਾ ਆਪਣੇ ਆਪ ਸਤਾਜੀ ਕਾਲੂ ਕੁਦਰਤੀ ਆਈ ਹੋਈ ਕਾਲੂ ਡਾਕਟਰ ਸੀ ਇੱਕ ਬੰਦਾ ਦੇ ਕੋ ਗੁਰਦੇ ਵਾਸ਼ ਕਰਾਉਣਾ ਤੇ ਉਹਦੇ ਇੱਥੇ ਨਾਮ ਲਿਖਣ ਡਿਆ ਕਾਲਰ ਚ ਧੋਂਬੀਆਂ ਪਾ ਲਿਆ ਉਹਨਾਂ ਨੂੰ ਅੰਦਰ ਖਿਲਾ ਰਿਆ ਸਾਰਿਆਂ ਨੂੰ ਨਹੀਂ ਆ ਠੀਕ ਆ ਫਾਂਸੀ ਹੋਣ ਲੱਗੀ ਤੇ ਆਖਰੀ ਖਵਾਇਸ਼ ਦੱਸ ਇੱਕ ਬੰਦੇ ਦੇ ਭਾਈ ਫਰੀਦ ਡਾਕਟਰ ਹੁੰਦਾ ਸੀ ਇੱਕ ਬੰਦੇ ਦੇ ਤਿੰਨ ਟਾਂਕੇ ਲਾਣੇ ਸੀ ਉਹਨੂੰ ਇੰਨਾ ਡਰਾਇਆ ਉਹ ਵਿੰਡੋ ਤੋਂ ਭਾਈ ਸ਼ੀਸ਼ੇ ਤੋੜ ਕੇ ਉਹਨੇ ਛਾਲ ਮਾਰੀ ਇਹਨੂੰ ਫਾਂਸੀ ਹੋ ਗਈ ਕਹਿੰਦੇ ਤੇ ਆਇਲ ਕਰਾਜ ਕਹਿੰਦਾ ਮੇਰੀ ਬੀਗੋ ਦੀ ਆਡੀ ਬਣਾ ਦਿਓ ਉਹ ਯਾਰ
यार कैसा जा जाद नु गड़े यार ला अपना ला जी में रेडी नहीं ना बना के करना की है बना के करनी की मार के जाना तू यार इतना हो जंदा वा बंदे दी ख्वाहिश वा उस्ताद जी कालू ना डॉक्टर सी गया एक बंदे दिल कट रहा सी तो सीने ते पैर रख के दिल कट रहा नहीं नहीं बांसी होने लगी फ्रीज उन्होंने कहा दी आखिरी क्वेश्चन कहंदा जी मैं कल्ले नहीं मरना तुहाडे जो भी एक नाल आ गए उन्होंने कहा कोई आखिरी ख्वाहिश कहंदा ठंडा पाउडर लिया दो मैं ठंडा होके मरना चाहूं इन्हू मारना वा करंट ला के मारना तेरी आखिरी ख्वाहिश कहंदा जज साहब मेरा हाथ पड़ लो नहीं फांसी होने लगी उन्होंने कहा तेरी आखिरी ख्वाहिश कहंदा जी गर्मियां जो मेरे पित निकलेगी ना मैं सारे दाने गिनने आ उस तो बाद मैं ਸਤਾਜੀ ਨੂੰ ਜਲਾਦ ਨੇ ਕਿਹਾ ਸਤਾਜੀ ਨੂੰ ਫਾਂਸੀ ਹੋਣ ਲੱਗੀ ਜਲਾਦ ਨੇ ਕਿਹਾ ਤੇਰੀ ਆਖਰੀ ਖੁਆਇਸ਼ ਕੀ ਆ ਕਹਿੰਦਾ ਆਖਰੀ ਖੁਆਇਸ਼ ਨੂੰ ਛੱਡ ਬਸ ਤੂੰ ਕੱਚਾ ਕੰਮ ਨਾ ਕਰੀ ਮਿੱਠੇ ਹੋਣਾਂ ਦੀਆਂ ਲੁੱਡੋ ਦੀਆਂ ਟੈਣਾਂ ਗਵਾ ਗਈਆਂ ਉਹਦੀ ਵਿਛੋਣੀ ਬਣਾਈ ਉੱਤੇ ਨਿਆਣਾ ਲੰਮੇ ਪਾ ਲੁੱਡੋ ਦੀ ਟੈਣੀਆਂ ਗਵਾ ਗਈਆਂ ਤੇ ਵਿਛੋਣੀ ਬਣਾ ਲਈ ਉਹਦੀ ਕਾਲੂ ਦੇ ਅੱਬੇ ਨੂੰ ਫਾਂਸੀ ਸੀਗੀ ਤੇ ਕੋਲ ਖਲੋਤਾ ਨੂੰ ਜਲਾਦ ਨੂੰ ਕਹੀ ਜਾਵੇ ਲਾਮੇ ਵਾਲਾ ਕੰਮ ਨਾ ਕਰੀ ਆਹੋ ਹੋ ਗਈ ਮੈਂ ਹਲਦੀ ਮਲਦੀ ਕਹਿੰਦਾ ਲੈ ਹੋ ਗਏ ਪੀਲੇ ਕਹਿੰਦਾ ਮੇਰਾ ਨਾ ਮਸ਼ੀਨੀ ਜਿਸਮ ਮੈਂ ਦੇਖਿਆ ਇੱਥੇ ਢਿੱਡ ਤੇ ਸਿਲਾਈ ਮਸ਼ੀਨ ਰੱਖ ਕੇ ਪਿਆ ਮਸ਼ੀਨੀ ਜਿਸਮ ਕੁੜੀ ਨੂੰ ਫੁੱਲ ਦਿੱਤਾ ਕਹਿੰਦਾ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਉਹ ਕੁੜੀ ਕਹਿੰਦੀ ਮੈਂ ਸ਼ਾਦੀ ਸ਼ੁਦਾ ਹੂੰ ਕਹਿ ਕੇ ਚਲ ਗਈ ਤੇ ਪਿੱਛੋਂ ਬਾਜੇ ਦੇ ਨਾਲ ਫੁੱਲ ਤਾਂ ਦੇ ਯਾ ਫੁੱਲ ਤਾਂ ਦੇ ਲੈ ਫੁੱਲ ਗੁੱਸੇ ਚ ਉਹਨੂੰ ਕਹਿ ਰਿਹਾ ਪਿੱਛੋਂ ਮਿੱਠੇ ਨੇ ਇੱਕ ਕੁੜੀ ਨੂੰ ਫੁੱਲ ਦਿੱਤਾ ਤੇ ਉਹ ਘਰ ਚਲੀ ਗਈ ਘੰਟੇ ਕੁ ਬਾਅਦ ਉਹਨੂੰ ਫੋਨ ਕਰਕੇ ਕਹਿੰਦਾ ਜਦੋਂ ਮੈਂ ਤੈਨੂੰ ਫੋਨ ਫੁੱਲ ਦਿੱਤਾ ਨਾ ਮੇਰੇ ਨਾਲ ਉੱਥੇ 50 ਰੁਪਏ ਵੀ ਡਿੱਗ ਯਾਰ ਇਹ ਕੀ ਬਕਵਾਸ ਕਹਿੰਦੀ ਵੈਰੀ ਸੈਡ ਜੇਲ ਲਿਫਟ ਤੇ ਬੈਠਾ ਤੇ ਸਾਰੇ ਜੀ ਬਹਿ ਗਏ ਉਹ ਜੇਲ ਲਿਫਟ ਹੈ ਜੀ ਥੱਲੇ ਨੂੰ ਸਾਰੇ ਜੀ ਇੱਕੋ ਚੇਅਰ ਲਿਫਟ ਤੇ ਉਹ ਥੋੜੀ ਜਿਹੀ ਅੱਗੇ ਜਾ ਕੇ ਫਿਰ ਵਾਪਸ ਆ ਗਏ ਚੇਅਰ ਲਿਫਟ ਤੋਂ ਫ੍ਰੀ ਆ ਦੇ ਹਾਂ ਕਿੱਡਾ ਬੇਵਕੂਫ ਖੁਸਰੇ ਨੂੰ ਸਾਈਡ ਤੇ ਖਿਲਾਰ ਕੇ ਨਾ ਦੁਖੀ ਜਿਹੇ ਅੰਦਾਜ਼ ਨੂੰ ਕਹਿ ਰਿਹਾ ਕਿ ਤਲਾਕ ਦੀ ਕੀ ਵਜ੍ਹਾ ਬਣੀ ਕਿੱਥੇ ਵਿਆਹ ਹੁੰਦਾ ਜੀ ਇੰਨਾ ਡਰਦਾ ਸੀਗਾ ਚੇਅਰ ਲਿਫਟ ਤੋਂ ਉੱਤਰ ਕੇ ਉਹਨਾਂ ਨੂੰ ਕਹਿੰਦਾ ਯਾਰ ਹੱਥ ਧੁਆ ਦੋ ਸਾਜੀ ਨਹੀਂ ਨਹੀਂ ਕਿਹੜੀ ਗੱਲ ਅਗੋ ਕਹਿੰਦੇ ਯਾਰ ਕਿਹੜੀ ਵਜ੍ਹਾ ਬਣੀ ਸੀ ਯਾਰ ਕਿ ਗੱਲ ਆ ਉਹ ਵੀ ਕਰਨ ਦੇ ਸੀ ਮੈਂ ਵੀ ਕਰਤੀ ਪੱਠੇ ਦੇ ਉੱਤੋਂ ਸੀਗਰ ਲਾਉਣ ਗਿਆ ਸਾਰਾ ਮੂੰਹ ਕਾਲਾ ਕਰਾਇਆ ਕਲੈਸ਼ਨ ਕੋ ਆਪਣਾ ਮਿੱਠਾ ਖੋਰ ਹੁੰਦੇ ਉੱਥੋਂ ਚਮਚੀ ਲੈ ਲਾ ਦੂਰ ਪਿੱਟੇ ਉਹ ਕਿਤੇ ਖੋਰਦੇ ਖੋਰਦੇ ਮਾੜੀ ਚੱਲ ਗਈ ਸਾਰਾ ਜੱਗ ਪਾਟ ਗਏ ਜੱਗ ਪਾਟ ਉਹ ਸਾਰਾ ਜੱਗ ਪਾਟ ਗਏ ਉਹਨੇ ਕਹਿੰਦਾ ਹਿਸਟੋਰੀਕਲ ਜੁਗਤ ਬਣਾ ਲਈ ਅੱਗੇ ਤੋਂ ਅੱਗੇ ਸਾਰਾ ਜੱਗ ਪਾਟ ਗਿਆ ਪੈਟ ਕਰਕੇ ਏਟੀਐਮ ਮਸ਼ੀਨ ਚ ਭਰਿਆ ਦੂਰ ਪਿੱਟੇ ਨੂੰ ਉਹ ਪੈਟ ਕਰਕੇ ਉਹ ਬੌਂਸਰ ਮਾਰਨਾ ਤੂੰ ਘਰ ਗਿਆ ਸਾ ਜਿੱਡਾ ਸੋਹਣਾ ਬਾਂਦਰ ਉਹਨੂੰ ਪੁੱਛਣ ਦਿਆ ਤੇਰਾ ਡੋਮੀਸਾਈਲ ਬਣਿਆ ਉਹ ਯਾਰ ਤੂੰ ਨੈਪ ਕਾਸਲ ਲਵਾਉਣਾ ਕਿਹੜੇ ਕੰਮ ਲੱਗਾ ਤੂੰ ਉਹਨੂੰ ਲੱਗਾ ਰਹਿਣ ਦੇ ਆਪਣੇ ਠੀਕ ਆ ਵਿਚਾਰਾ ਬੜੀ ਸੋਹਣੀ ਲੱਗੀ ਨੈਪ ਕਾਸਲ ਮੈਂ ਕਾਲੂ ਕੋਈ ਆ ਹੁਣ ਤੂੰ ਗੱਲ ਮੰਨਦੀ ਹੈ ਯਾਰ ਇੱਕ ਸਿੰਗਰ ਸੀ ਉਹ ਤੇ ਇੱਕ ਦਿਨ ਪਹਿਲਾਂ ਹੀ ਨਾ ਸਾਰੇ ਪਲਾਟ ਚ ਰੋੜੇ ਚੁੱਕਣ ਦੇ ਮੈਂ ਕਿਹਾ ਕੀ ਕਹਿੰਦਾ ਰਾਤ ਨੂੰ ਗਾਉਣਾ ਯਾਰ ਮੈਂ ਵਜਣੇ ਮੇਰੇ ਐਡਾ ਜਾਹਲ ਆਏ ਏਟੀਐਮ ਦੇ ਅੰਦਰ ਵੜ ਕੇ ਕਾਰਡ ਪਾ ਕੇ ਤੇ ਉਹ ਜਿੱਥੇ ਲੱਗਾ ਹੁੰਦਾ ਨਾ ਸੈਂਸਰ ਉੱਥੇ ਕਹਿ ਰਿਹਾ ਇੰਡੀਅਨ ਮੂਵੀਜ਼ ਉਹ ਮਾਮਾ ਉਹ ਗੂਗਲ ਆ ਸੋਚ ਚੁੱਕ
नहीं नहीं सोचो तो कितने चुकना है बिल्कुल नाल घर से ए टी एम के शाह जी रात को 2 बजे मिस्त्री ले जाके ना एसी के पूरे इंज जिथों वहा रही थी ना अंदरों पैप करा के लम्मा करा के उत्तों की अपने कमरे के उत्ते लोग गर्मी ना पैक कटाते उधरों की जाके अपने कमरे ठंडी हवा जा रही बिल्कुल एटीएम दे नाल दा घर सीगा एक बंदा रात नूं बैह के डाण गया इहदे ताए च पैर वज्जा उत्थे लम्मे दे उस्ताद जी कसम वाली गल जी मैं जैन मैंने एक गल मैनूं याद आ गई एटीएम तों ही चनियोट मैं गया उस्ताद जी ते मशीन दे बाहर लिखिया होया कि एटीएम मशीन खराब है मैं कहा यार वेखीए ते सही की खराबी मैं अंदर खोलिया तो दरवाजा लगा होया तो मैनूं इंज लगा 2 बंदे अंदर पे हुए ने ठीक ते मैं हूँ मैं उसका जी दरवाजा खुलता शुरू करता बोलो मैं गया तो उन्हें दरवाजा खोलिया तो कहता भाई मशीन खराब सुते करैक्टर बाहर ला गया उसका जी चरसी सी तो मशीन सही है मैं पैप पूरे खड़ा के आ गया मैं कोई वो कहता मेहरबानी भाई दस जना लग जी कालू ने जाके इंज करके एटीएम मशीन च कार्ड पाया तो पिछो डाकू निकल के कहिंदा चा इधर बना दे आ वे हड्डा बेवकूफ ਇਹਦੇ ਕਾਰਡ ਦੇ ਵਿੱਚ 2000 ਰੁਪਈਆ ਤੇ ਜਾ ਕੇ 10000 ਵਾਲਾ ਬਟਨ ਪੰਦੇ ਆ ਤੇ ਉਹਨੇ ਕੀਤਾ ਟੂ ਤੇ ਕਹਿੰਦਾ ਫੇਰ ਕਰ ਲਾਂਗੇ ਕੱਢ ਨਾ ਕਰ ਲਾਂਗੇ ਮਸ਼ੀਨ ਨੂੰ ਕਹਿ ਮਸ਼ੀਨ ਨੂੰ ਕਹਿ ਰਿਹਾ ਕਹਿੰਦਾ ਫੇਰ ਕਰ ਲਾਂਗੇ ਕੋਈ ਨਹੀਂ ਮੈਨੂੰ ਇਸ ਟਾਈਮ ਲੋੜ ਆ ਤਾਂ ਜੀ ਕਾਲੂ ਏ ਟੀ ਐਮ 'ਚ ਵੜਿਆ ਤੇ ਅੱਗੋਂ ਮਸ਼ੀਨ ਬੋਲਣ ਦੀ 3 2 9 ਕਦੋ ਸੌਰੀ ਮੈਂ ਲੇਡੀਜ਼ ਵਾਲੀ ਸਾਈਡ ਤੇ ਆ ਗਿਆ ਯਾਰ ਥੋੜੀ 8ਵੀਂ ਕਲਾਸ ਦੀਆਂ ਲੱਗ ਜਾ ਪੁੱਛਦਾ ਮਰਦਮ ਸ਼ੁਮਾਰੀ ਇੱਥੇ ਹੁੰਦੀ ਉਹ ਯਾਰ ਉਹ ਘਰਾਂ ਚ ਕਰਦੇ ਆ ਕੇ ਇਹ ਨਹੀਂ ਪਤਾ ਹੈਗਾ ਏਟੀਐਮ ਦੇ ਬਾਹਰ ਲੋਕਾਂ ਨੂੰ ਪੁੱਛੀ ਜਾਣਾ ਮੌਲਾ ਜੱਟ ਇੱਥੇ ਲੱਗਣੀ ਤੈਨੂੰ ਨਹੀਂ ਪਤਾ ਯਾਰ ਸੈਰਮੇ ਲੱਗਦੀ ਹੈ ਉਹ ਇਸ਼ਤਿਹਾਰ ਲੱਗਾ ਸੀ ਇੱਥੇ ਮੈਂ ਕਿਹਾ ਸ਼ਾਇਦ ਇੱਥੇ ਲੱਗੀ ਏਟੀਐਮ ਦੇ ਵਿੱਚ ਕਾਰਡ ਤੁੰਨ ਕੇ ਤੇ ਸੈਂਸਰ ਕੋਲ ਮੂੰਹ ਕਰਕੇ ਕਹਿੰਦਾ 2 ਕਾਪੀਆਂ ਕੱਢ ਦੇ ਨਹੀਂ ਨਹੀਂ ਏਟੀਐਮ ਚੋਂ ਆ ਵੇਖ ਕਿੱਡਾ ਪਾਗਲ ਆ ਏਟੀਐਮ ਚੋਂ 1000 ਕਢਾਇਆ ਤੇ ਇੱਕੋ ਹੀ ਨੋਟ 1000 ਵਾਲਾ ਕੱਢ ਕੇ ਤੇ ਵਾਪਸ ਤੁਹਾਨੂੰ ਕਹਿੰਦਾ 2 5 5 ਸੌ ਵਾਲੇ ਸ਼ਕਲ ਵੇਖਣਾ ਨਹੀਂ ਜਦੋਂ ਗੱਲ ਕਰਨ ਤੋਂ ਪਤਾ ਕਲੋਜ਼ ਲਾਇਆ ਕਰ ਮੂੰਹ ਦੇ ਉੱਤੇ ਕੈਮਰਾ ਇਹਦੀਆਂ ਅੱਖਾਂ ਜਿਹੜਾ ਇੰਜ ਕਰਦਾ ਨਾ ਸਿੰਗਰ ਸੀ ਤੇ ਕਿਸੇ ਬੰਦੇ ਨੇ ਗਾਣ ਡਿਆ ਕਿਸੇ ਬੰਦੇ ਨੇ ਕਿਹਾ ਤੇਰੀ ਜੁੱਤੀ ਚੁੱਕੀ ਕਹਿੰਦਾ 5 ਮਿੰਟ ਠਹਿਰ ਜਾ ਤੇ ਜੁੱਤੀਆਂ ਹੀ ਜੁੱਤੀਆਂ ਹੋ ਜਾਣਗੀਆਂ ਆ ਗਾਣਾ ਸ਼ੁਰੂ ਕਰਨ ਦੇ ਇਹਦੇ ਵੇਖੀ ਵੇਖੀ ਆਪੇ ਹੀ ਆਪਣੀ ਲੋੜ ਨੂੰ ਮਾਰਦਾ ਮੈਨੂੰ ਸਰਵਿਸ ਵਾਲਿਆਂ ਨੂੰ ਜਾ ਕਹਿਣ ਦਿਆ ਆਪਣੀ ਲੋੜ ਆਪਣੀ ਲੋੜ ਕਾਦੀ ਆ ਨਹੀਂ ਕਹਿੰਦਾ ਆਪਣੀ ਲੋੜ ਨੂੰ ਮਾਰੇਗਾ ਮੈਨੂੰ ਇਹ ਲੈ ਕੇ ਜਾ ਹੀ ਨਹੀਂ ਸਕਦਾ ਯਾਨੀ ਵੀ ਖਿੱਚ ਕੇ ਆਹੋ ਉਸਤਾ ਜੀ ਕਾਲੂ ਇੱਕ ਫਿਲਮ 'ਚ ਹੀਰੋ ਲੱਗ ਗਿਆ ਕੋਈ ਇਹਨੇ ਕੋਈ ਆਵਾਜ਼ ਲਾਈ ਜੁੱਤੀਆਂ ਸ਼ੁਰੂ ਹੋਈਆਂ ਕਹਿੰਦਾ ਨਹੀਂ ਮੇਰੇ ਵਾਲੀ ਮਾਰ ਕਾਲੂ ਇੱਕ ਫਿਲਮ 'ਚ ਹੀਰੋ ਲੱਗ ਗਿਆ ਤੇ ਪਹਿਲਾ ਸੀਨ ਕਰਕੇ ਪੈਸੇ ਘਰ ਫੜਾਉਣ ਆ ਗਿਆ ਹਾਡੀ ਰੋਟੀ ਤੋਂ ਬੈਠੇ ਸਿੰਗਰ ਸੀਗਾ ਤੇ ਭਾਈ ਇੱਕ ਜਗ੍ਹਾ ਤੇ ਗਾਣ ਗਿਆ ਤੇ ਜਿਨ੍ਹਾਂ ਨੇ ਆਉਣਾ ਸੀ ਉਹ ਕਹਿੰਦੇ ਯਾਰ ਟੁੱਟੀਆਂ ਜੁੱਤੀਆਂ ਪਾ ਕੇ ਚੱਲਦੇ ਆ ਐਡਾ ਫਿਲਮ ਚ ਹੀਰੋ ਮਿਲ ਗਿਆ ਤੇ ਘਰ ਪੈਸਾ ਕੋਈ ਨੀ ਗਾ ਉਹਨਾਂ ਨੇ ਕਿਹਾ ਜੀ ਤੁਹਾਨੂੰ 5000 ਰੁਪਇਆ ਦਿਆਂਗੇ ਤੁਸੀਂ 2 ਲੈਣਾ ਬੋਲੀਆਂ ਨੇ ਕਿ ਸਰ ਮੈਂ ਕੱਲ ਵੀ ਆਇਆ ਥਾ ਲੇਕਿਨ ਆਪ ਯਹਾਂ ਪੇ ਮੌਜੂਦ ਨਹੀਂ ਥੇ ਇਸ ਲਈ ਫਿਰ ਅੱਜ ਮੈਂ ਦੁਬਾਰਾ ਆਇਆ ਹਾਂ ਇਹ 3 ਲੈਣਾ ਕਿਹੜੀਆਂ ਤੈਨੂੰ 5000 ਮਿਲੇਗਾ ਤੇ ਕਹਿੰਦਾ ਸਰ ਮੈਂ ਕੱਲ ਵੀ ਆਇਆ ਥਾ 2000 ਤੇ ਦਿਓ ਮੈਂ ਦੇਖ ਲਿਆ 2000 ਦੋ ਗੱਲਾਂ ਰਹਿ ਗਈਆਂ ਹਾਂ ਬਾਕੀ ਮੈਂ ਆ ਕੇ ਕਰਦਾ ਸਰਵਿਸ ਵਾਲਿਆਂ ਨੂੰ ਜਾ ਗਿਲਾ ਕਰਨ ਦਿਆ ਤੁਸੀਂ ਤਾਂ ਕਹਿੰਦੇ ਸੀ ਸਾਲ ਗਰੰਟੀ ਹੈ
दो दिन भी नहीं निकले कहते की है क्या चक्की गई है यार टूटने की गारंटी दी थी उन्होंने चक्की तेरे पिछे कैमरे लवा दे मैं सुनने फेरने तेरे यार यार मैं कहां गाड़ रहे थे मैं ओ यार हो जाता है कड़ी गल तू अपने भाई ने भी क्लेम यार उन्होंने गारंटी दी थी क्यों दी थी फिर उन्होंने उदों क्यों नहीं कहा कि भाई चुकी जान दी नहीं उन्होंने कहा जी दी साल दी गारंटी गारंटी जे सारा कुछ होता ये गलत गल उन्होंने कीती है उन्होंने कहना चाहिए भाजी टूटी दी गारंटी है गवाची दी अल्लाह ने भतीजा अल्लाह ने भतीजा दित्ता उन्होंने पता किदा कढाउण दिया सर्वर सेंटर वाला नहीं पानी होता प्रेशर बिठा के डिग पे सट लग जूगी यार एडा जाल चाचे सर्विस स्टेशन लै गया कहिंदा गुरदे वाश कर ऐसा जाल हस्पताल चाहिदा वा नाल देयां दा मुंह खटका के कहिंदा मोट सरब जी दे ताए ते गुरदे वाश कर यार मोट सरब जी दियो कालू ना कालू यारां दोस्तां नूं कही जाणा महक मलक पूरा भाई आ भाई ओ भाई आ पूरा कालू एडा बेवकूफ उस्ताद जी ਇਹਦੇ ਦਾਦੇ ਨੇ ਆਇਆ ਹੁੱਕੇ ਦਾ ਕਸ਼ ਲਾ ਕੇ ਪਰਾਂ ਨੂੰ ਸੁੱਟਿਆ ਤੇ ਉਹਦੇ ਹਲ ਫਰੈਸ਼ ਅਪ ਚਿੰਗਮ ਸੁੱਟਣ ਦੇ ਇਹ ਤਾਏ ਨਿੱਕੇ ਕਰਦਾ ਕਹਿੰਦਾ ਮੇਰੇ ਗੁਰਦੇ ਚ ਪਤਰੀ ਆ ਤੈਨੂੰ ਚੱਕ ਕੇ ਕੰਨਾਂ ਲੱਗ ਜਾਂਦੇ ਹਲਾ ਲਾ ਦੇ ਉਹਦੀ ਅਲਟਰਾਸਾਊਂਡ ਕਰਾ ਜਾ ਕੇ ਤੈਨੂੰ ਪਤਾ ਲੱਗ ਜਾਂਦਾ ਯਾਰ ਆ ਵੀ ਤੇਰੇ ਓਏ ਆ ਮੈਂ ਕੀਤਾ ਜੀ ਆ ਮੈਨੂੰ ਬਾਅਦ ਚ ਬੈਗ ਜੀ ਬਜਰੀ ਪਈ ਆ ਉਹਦੇ ਮੈਨੂੰ ਬਾਅਦ ਚ ਸਾਹ ਹੋਇਆ ਤੇ ਆ ਵਾ ਲੈ ਤਾਏ ਨੇ ਫਲ ਜੋ ਗਿਆ ਸਟੇਟਸ ਬਣਾ ਕੇ ਪਿੱਛੇ ਬੈਕਗ੍ਰਾਉਂਡ ਆ ਜ਼ਿੰਦਗੀ ਇਮਤਿਹਾਨ ਲੈਤੀ ਓ ਯਾਰ ਉਹਦੀ ਦਵਾਈ ਲੈ ਜਾ ਤੂੰ ਗਾਣੇ ਲਾਈ ਜਾ ਜ਼ਿੰਦਗੀ ਇਮਤਿਹਾਨ ਕਾਲਜ ਹੋ ਗਿਆ ਯਾਰ ਤੈਨੂੰ ਗਾਣੇ ਸੋਝਣ ਦੇ ਉੱਥੇ ਯਾਰ ਆਹ ਕਿਹੜਾ ਕੰਮ ਆ ਇੱਕ ਬੰਦੇ ਨੇ ਪੀਜ਼ਾ ਭੇਜਿਆ ਫਰੀ ਨੂੰ ਉੱਤੇ ਸਾਲਨ ਪਾ ਕਰ ਫਰੀ ਕਿੱਥੇ ਕਿੱਥੇ ਜ਼ਲੀਲ ਕਰਾਏਗਾ ਮੈਂ ਨਹੀਂ ਇਦਾਂ ਦੀ ਉਹ ਇੱਕ ਦੋ ਵਾਰੀ ਕੀਤੀਆਂ ਇਹ ਹੁਣ ਸਾਰੀਆਂ ਮੇਰੇ ਤੇ ਉਹ ਯਾਰ ਪੱਠੇ ਚੋਂ ਕਾਲਾ ਤੂੰ ਆ ਨਿਕਲਦਾ ਤੂੰ ਕਹਿੰਦੇ ਆ ਉਹਦੀ ਉਹ ਬਦਲਾ ਫਿਲਟਰ ਬਦਲ ਲੈ ਫਿਲਟਰ ਯਾਰ ਤੂੰ ਕਿ ਸਾਜ ਜੀ ਇਹ ਬੈਠੇ ਇਹ ਦੋ ਤਿੰਨ ਜਣੇ ਜਾਣਦੇ ਸੀ ਅਸੀਂ ਇਹ ਉਦੋਂ ਗੱਲ ਕੀਤੀ ਤੂੰ ਐਡਾ ਚਵਲਾ ਗੱਲ ਦੇ ਮਗਰ ਪੈ ਜਾਣਾ ਸਾਜ ਜੀ ਪੱਠੇ ਤੋਂ ਛਿੱਤਰ ਪੈ ਗਏ ਕਹਿੰਦਾ ਜ਼ਮੀਨ ਦਾ ਸਲੰਸਰ ਪੇੜੇ ਚੁੱਕ ਕੇ ਪੱਠੇ ਵੱਲ ਤੁਰਿਆ ਜਾ ਯਾਰ ਤੰਦੂਰ ਤੇ ਯਾਰ ਨਸ਼ਾ ਕਰਨ ਦਿਆ ਤੇ ਗਾਣਾ ਗਾਉਂਦਾ ਚਾਚੇ ਤਾਇਆ ਸਿਰਾਂ ਤੇ ਨੀ ਬਣਿਆ ਮੈਂ ਆਪ ਬਣਿਆ ਯਾਰ ਤੂੰ ਨਸ਼ਾ ਕਰਨ ਦਿਆ ਤੂੰ ਡਾਕਟਰ ਬਣ ਗਿਆ ਡਾਕਟਰ ਬਣ ਫਰੀਦ ਦੀ ਭਾਈ ਜੁੱਤੀ ਗਵਾਚ ਗਈ ਉਹ ਸੀਮਾ ਨਾਮ ਕਰਨ ਵਾਲਾ ਨੀ ਏਡਾ ਕੁੰਡ ਉਹ ਦੋ ਪੈਰਾਂ ਤੇ ਬੰਨੇ ਭਾਈ ਆ ਭਾਈ ਕਾਲੂ ਦੀਆਂ ਉਂਗਲਾਂ ਝਮੋਰੀਆਂ ਹੋਈਆਂ ਮੈਂ ਕਿਹਾ ਇਹ ਕੀ ਹੋਇਆ ਕਹਿੰਦਾ ਯਾਰ ਉਹ ਸਿਮ ਕੱਟਣ ਵਾਲੀ ਨਾ ਨੋ ਘੱਟ ਬੈਠਾ ਕਾਲੂ ਭਾਈ ਜੈਜ਼ ਦਫ਼ਤਰ ਜਾ ਕੇ ਕਹਿੰਦਾ ਇੱਥੇ ਕੋਈ ਲਾਗੇ ਪੀ ਸੀ ਓ ਹੈ ਏਡਾ ਪਾਗਲ ਉਸਤਾਦ ਜੀ ਜੈਜ਼ ਦੇ ਦਫ਼ਤਰ ਜਾ ਕੇ ਕਹਿੰਦਾ ਬਿੱਲ ਵਾਲੀ ਸਿਮ ਦੇ ਦਿਓ ਤੇ ਮਹੀਨੇ ਕੁ ਬਾਅਦ ਜਾ ਕੇ ਉਹਨੂੰ ਕਹਿੰਦਾ ਯਾਰ ਬਿੱਲ ਮਾਫ਼ੀ ਦੀ ਦਰਖਾਸਤ ਕਿੱਥੇ ਦੇਣੀ ਬਿੱਲ ਬਿੱਲ ਦੀਆਂ ਕਿਸ਼ਤਾਂ ਕਿਦਾਉਣੀ ਯਾਰ ਕੈਸੀ ਗੱਲ ਉਸਤਾਦ ਜੀ ਨੇ ਇੱਧਰ ਸੁਣੀ ਕੈਂਚੀ ਚੱਪਲ ਨੂੰ ਜ਼ਿਪ ਲਵਾ ਲਈ ਸਨੋਕਰ ਕਲੱਬ ਚ ਭਾਈ ਬਈ ਫੈਸਲ ਮੱਝ ਲੈ ਕੇ ਵਰਨ ਦਿਆ ਉਹ ਕਹਿੰਦਾ ਕਿੱਧਰ ਕਹਿੰਦਾ ਬਾਹਰ ਟਰਾਲੀ ਨੰਗਣ ਦੀ ਨੱਗ ਲੈਂਦੇ ਜ਼ਰਾ ਮੈਂ ਬਾਹਰ ਕੱਢ ਯਾਰ ਰਹਿ ਗਈ ਸੀ ਕਹਿੰਦਾ ਬਾਹਰੋਂ ਡਾਲਾ ਨੰਗਣ ਦਿਆ ਮੈਂ ਲੁਕਿਆ ਉਹ ਇਹ ਇਹਦੀ ਇੱਕ ਕੈਟਾਗਰੀ ਸਹੀ ਗੱਲ ਸਮਾਧ ਬੋਂਡ ਖਾ ਕੇ ਕਹਿੰਦਾ ਮੈਨੂੰ ਜੈਮਦ ਬੋਂਡ ਕਹੋ ਯਾਰ ਕਹਿੰਦਾ ਮੈਨੂੰ ਜੈਮਦ ਬੋਂਡ ਕਹੋ ਚੂਚਾ ਫੜ ਕੇ ਨਾ ਉਹਦੀ ਐਂਜੇ ਤੋਂ ਤੂਰੀ ਫੜ ਕੇ ਤੇ ਸਿਆਹੀ ਨਾਲ ਖਤ ਲਿਖਾਂਦੇ ਚੁੰਝ ਨਾ ਚੂਚਾ ਫੜ ਕੇ ਉਹਨੂੰ ਖਾਲੀ ਕਰਕੇ ਤੇ ਵਿੱਚੋਂ ਡਿਜ਼ਾਈਨ ਪਾਉਣ ਵਾਸਤੇ ਨਾ ਉਹਦੀ ਚੁੰਝ ਖੋਲ ਕੇ ਤੇ ਡਬਲ ਲੇਅਰ ਵੀ ਕਰ ਰਿਹਾ ਵਿੱਚ ਖੁਸ਼ਕਤ ਕਰ ਰਿਹਾ ਡਬਲ ਲੇਅਰ ਹੋ ਜਾਂਦੀ ਨਾ ਖੁਸ਼ਕਤ ਕਰ ਰਿਹਾ ਇਹਨੇ ਚੂਚਾ ਮਾਰਤਾ ਪਾ ਲੱਗਿਓ ਚੂਚੇ ਦੀ ਸਿਆਹੀ ਕਿਤੇ ਸੁੱਕੀ ਨੂੰ ਐਂਜੇ ਦੀ ਕੀਤਾ ਉਹਦੀ ਧੌਣ ਹੀ ਟੁੱਟ ਗਈ ਆਹ ਚੂਚਾ ਫੜ ਕੇ ਉਹਨੂੰ ਸਾਫ਼ ਕਰਕੇ ਵਿੱਚ ਪਟਾਸ ਫੜ ਕੇ ਤੇ ਚਾਚੇ ਵਾਲਾ ਥੋੜ ਪਾਉਂਦੇ ਓਏ ਯਾਰ ਜੋ ਬਦਲਾ ਚੂਚਾ ਮਾਰ ਕੇ ਬੇਜ਼ਬਾਨ ਦੀ ਜਾਨ ਲੈ ਲਈ ਸਾਰਾ ਖਤ ਲਿਖ ਕੇ ਨਾ ਮੁੜ ਕੇ ਥੱਲੇ ਖੂਬਸੂਰਤੀ ਆ ਸੀ ਉਹਦੇ ਪੰਜੇ ਨੁਕਰਾਂ ਤੇ ਲਾ ਰਿਹਾ ਛਾਪ ਫੁੱਲ ਪਾ ਰਿਹਾ ਐਡਾ ਪਾਗਲ ਆ ਯਾਰ ਮੈਂ ਕੀ ਕੀਤਾ ਹੁਣ ਗੱਡੀ ਦਾ ਢੱਕਣ ਗਵਾਚ ਗਿਆ ਉੱਥੇ ਭਾਈ ਚੂਚਾ ਵਸਾਇਆ ਉਹਦੀ ਸੀਰੀ ਦਾ ਬਾਹਰ ਪੈਟਰੋਲ ਵਾਲੀ ਟੈਂਕੀ ਦਾ ਮਾਮਾ ਗੱਡੀ ਦਾ ਢੱਕਣ ਪਾਇਰ ਅੱਖਾਂ ਤੇ ਖੋਲੋ ਕੀ ਹੋਇਆ ਤੁਹਾਨੂੰ ਗੱਲ
अपने अबे नू गई है पहले छुट्टी किधर को पूछ की पढ़ना भी रखे मिट कमाल टू पीस पाया तो वैगन च कुबा होके जाते आदे कैसा लानती आदमी मुकदमा ए केस हो जाय साहब ने उधर की सारी गल सुन के उन्होंने कहा तू दस कहना जाय साहब तुम भरा लगते हो मैं बिल्कुल झूठ नहीं मांगा कोई भरा नहीं अपना मुकदमा सुना साजी मिठा तीन चार साल बाद नजर आया मैं मैं तू किधर गया से कहता जंगल च गया से मैं क्या कोई निशानी तेज चादर बरा सुट के कहना आवे चीते ने बाह खाधी ये निशानी है अच्छा लै भी दानिश की हजार युग चो 900 युग च गल लाजमी होगी ਕਹਿੰਦਾ ਆ ਦੇਖ ਐਪ ਕਦੀ ਤੁਸੀਂ ਗੇਲਣਾ ਕਹਿੰਦਾ ਆ ਦੇਖ ਇਹ ਲਾਜ਼ਮੀ ਹੋਏਗੀ ਕਹਿੰਦਾ ਆ ਦੇਖ ਲੇਡੀਜ਼ ਵਾਸ਼ਰੂਮ ਚੱਲਾ ਤੇ ਬੁੱਢੀ ਨੂੰ ਕਹਿੰਦਾ ਆਪਣੀ ਜੁੱਤੀ ਦੇ ਆ ਏਡਾ ਬੇਵਕੂਫ ਆ ਇਹਦੇ ਜ਼ਿਹਨ ਚ ਆਇਆ ਕਿ ਮਤਲਬ ਨਾ ਮੈਂ ਕੰਧ ਚ ਕਿੱਲ ਠੋਕਣਾ ਕੰਧ ਖਰਾਬ ਹੋ ਜਾਣੀ ਹੈ ਉਸ ਤੋਂ 2 ਇੰਚ ਉਰੇ ਨਾ ਕੱਲਾ ਕਿੱਲ ਇੰਜ ਕਿੱਲ ਫੜ ਕੇ ਖਲੋਤਾ ਤੇ ਮਿਸਤਰੀ ਬੁਲਾ ਕਹਿੰਦਾ ਇਹਦੇ ਆਲੇ ਦੁਆਲੇ ਸਾਰੀ ਕੰਧ ਬਣਾ ਦੇ ਕੈਸਾ ਬੇਵਕੂਫ ਆਹੋ ਯਾਰ ਨਾਦਰ ਅਲੀ ਦੀ ਗੱਡੀ ਆਈ ਕਹਿੰਦਾ ਇਸਮਾਇਲ ਸ਼ਾਹ ਵੀ ਹੋਣੇ ਇਸਮਾਇਲ ਸ਼ਾਹ ਦਾ ਪਾਕਿਸਤਾਨੀ ਨਾਦਰਾ ਫਿਲਮ ਦੀ ਗੱਲ ਕੀਤੀ ਨਾਦਰਾ ਆਹੋ ਅੱਛਾ ਪਾਕਿਸਤਾਨੀ ਐਕਟਰ ਸੀ ਇਸਮਾਇਲ ਸ਼ਾਹ ਨਾਗਨ ਨਾਲੇ ਬੜਾ ਅੱਛਾ ਪੇਰ ਰਿਹਾ ਮੋਟਰ ਮਾਰਕੀਟ ਦੇ ਬਾਹਰੋਂ ਮਿੱਠਾ ਲੰਘਣ ਦਿਆ ਤੇ ਕਹਿੰਦਾ ਤੇਰੇ ਵੀਰੇ ਦੇ ਨਾਂ ਤੋਂ ਬਣੀ ਅੱਛਾ ਉਹਨਾਂ ਨੇ ਐਡਾ ਜਾਹਲਾ ਯਾਰ ਨਾਦਰਾ ਲੈਣੇ ਨਾ ਆਪਣੀ ਗੱਡੀ ਦੇ ਵਿੱਚ ਉਹਨੂੰ ਕਿਹਾ ਯਾਰ ਰੱਖ ਲਓ ਇਹਨੂੰ ਨਾਲ ਜਿੱਥੇ ਤੇ ਪਿੱਛੋਂ ਗੱਡੀ ਖੋਲ ਕੇ ਦੇਖਿਆ ਆਈ ਡੀ ਕਾਰਡ ਵਾਲੇ ਆਈ ਡੀ ਕਾਰਡ ਵਾਲੇ ਉਹਨਾਂ ਨੇ ਕਿਹਾ ਓਏ ਮਾਮਾ ਵਿੱਚ ਬੈ ਆਪੇ ਰੋਕ ਲੈਣਗੇ ਨਾਦਰਾ ਵਾਲਿਆਂ ਦੀ ਗੱਡੀ ਬਈ ਫੈਸਲ ਉਹਦੇ 'ਚ ਖੋਤਾ ਵਾਰ ਕਹੀ ਆ ਨਾ ਸਮੁੰਦਰੀ ਲਾ ਦੀ ਸਮੁੰਦਰੀ ਲਾ ਦੀ ਓਏ ਹੋਏ ਹੋਏ ਇੱਕ ਕੁੜੀ ਮਿੱਠੇ ਨੂੰ ਕਹਿੰਦੀ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਕਹਿੰਦਾ ਆ ਜਾ ਫਿਰ ਲਾਰੀ ਅੱਡੇ ਵਾਲੀ ਪਨਾਹ ਗਾਹ ਚ ਪਨਾਹ ਗਾਹ ਉੱਤੇ ਪਨਾਹ ਗਾਹ ਚ ਪਨਾਹ ਉੱਤੇ ਮੰਜੀਆਂ ਨਹੀਂ ਜਿਹੜੀ ਸੱਟੀਆਂ ਉੱਥੇ ਮਿੱਠਾ ਨੂੰ ਭੁੱਲ ਦੇ ਰਿਹਾ ਮੱਛਰ ਲੜਾ ਇਹਦੇ ਮੋਢੇ ਤੇ ਤੀਰ ਕਮਾਨ ਪਾ ਕੇ ਸੁੱਤਾ ਉਹ ਤੋਂ ਚਿਜਲੇਬੀ ਲਿਆ ਕੇ ਲਿਕਵਿਡ ਮਿਲਦੇ ਆ ਚੰਗੀ ਭਰੀ ਦਾ ਮੱਛਰ ਵਾਸਤੇ ਤੀਰ ਕਮਾਨ ਕਾਹਦੀ ਤਨਖਾਹ ਲੈ ਘੜੀਆਂ ਤੂੰ ਲੱਖ ਲੱਖ ਦੀਆਂ ਬੋਲਾਂ ਯਾਰ ਕੌਣ ਆ ਕਹਿੰਦਾ ਮੱਛਰ ਲੜਦਾ ਸੀ ਤੇ ਉਹਨਾਂ ਨੂੰ ਮੁਕਾਬਲੇ ਆਸੇ ਮੋਢੇ ਤੇ ਤੀਰ ਕਮਾਨ ਪਾ ਕੇ ਸੁੱਤਾ ਵੀ ਕਿਤੇ ਵੀ ਲੜਾਈ ਹੋ ਸਕਦੀ ਪਰ ਮਾਮਾ ਜਲੇਬੀ ਲਾ ਲਿਕਵਿਡ ਭੈਣ ਮਿਲਦੇ ਕੀ ਉਸਤਾਦ ਇਹਨੂੰ ਵੀ ਮੱਛਰ ਲੜਦਾ ਸੀ ਤੇ ਮੋਬਾਈਲ 'ਚ ਆਰਨਡ ਦੀ ਤਸਵੀਰ ਵਿਖਾਉਣ ਕਰਨ ਡਿਆ ਡਰਾ ਰਿਹਾ ਮੱਛਰ ਲੜਦੇ ਸੀ ਇਹਨੂੰ ਉਹਦੇ ਮੋਰਚਿਆਂ ਤੇ ਬੋਰੀਆਂ ਨੇ ਬੇਦੀਆਂ ਰੇਤ ਵਾਲੀਆਂ ਮੰਜੀ ਦੇ ਆਲੇ ਦੁਆਲੇ ਰੱਖੀਆਂ ਉਹ ਯਾਰ ਕੀ ਉਹ ਗਨ ਮਸ਼ੀਨਾਂ ਲੈ ਕੇ ਆਉਂਦੇ ਮੱਛਰ ਲੜਦੇ ਸੀ ਤੇ ਬਾੜ ਲਾਈ ਮੰਜੀ ਦੇ ਆਲੇ ਦੁਆਲੇ ਅੰਮੀ ਨੂੰ ਕਹਿਣ ਡਿਆ ਅੰਮੀ ਮੱਛਰ ਲੜਨ ਡੇ ਆ ਕਹਿੰਦੀ ਪੁੱਤ ਇਹਨਾਂ ਦੀ ਲੜਾਈ ਚ ਨਾ ਆਈ ਇਹਨਾਂ ਨੂੰ ਲੜਨ ਦੇ ਸੋਨਾ ਵਿੱਚ ਆਈ ਇੰਜ ਕਰਕੇ ਭਾਈ ਕਾਲੀਆਂ ਉਂਗਲਾਂ ਮੂੰਹ ਤੇ ਫੇਰ ਕੇ ਕਹਿੰਦਾ ਅੱਜ ਵੇਖਦਾ ਮੈਂ ਮੱਛਰ ਕਮਾਂਡੋ ਬਣਿਆ ਕਮਾਂਡੋ ਮੱਛਰਾਂ ਦੇ ਡਰ ਤੋਂ ਨਾ ਸਾਰੇ ਪਿੰਡੇ ਦੇ ਤੇਜ਼ਾਬ ਮਲਕ ਸੌਂ ਗਏ ਮੱਛਰ ਤੇ ਲੜਿਆ ਕੋਈ ਨੀ ਸਵੇਰ ਨੂੰ ਇਹਨੇ ਨੀ ਕੱਲ ਲੱਤੀ ਢਾਂਚਾ ਸਮੇਂ ਨਿਕਲ ਆਇਆ ਪੂਰੇ ਮੰਜੇ ਤੋਂ ਰਕਸ਼ੇ ਵਾਲਾ ਸ਼ੀਸ਼ਾ ਨੀ ਅੱਗੇ ਡਰਾਈਵਰ ਤੋਂ ਲਾਇਆ ਉਹ ਇੰਜ ਕਰਾਇਆ ਬੈਲਟ ਲਾਲ ਭੱਬੂ ਨਿਕਲਿਆ ਤੇ ਕਮੀਜ਼ ਲਾ ਕੇ ਆਪਟੋ ਕਲਿਪਟੋ ਵਾਲਾ ਮੁੰਡਾ ਬਣ ਗਿਆ ਉਹ ਕੀ ਭਲਾ ਤੂੰ ਕਰ ਲੈਣਾ ਲਾਲ ਭੱਬੂ ਆ ਫ੍ਰੀ ਨੂੰ ਭਾਈ ਕੁੜੀ ਵਾਲੇ ਦੇਖਣਾ ਹੈ ਤੇ ਉਹਨਾਂ ਸਾਹਮਣੇ ਸਫਾਈ ਵਾਲੀ ਜੈਕਟ ਪਾ ਕੇ ਫਿਰਨਗੇ ਕਿਹੜੀ ਸਰਦੀਆਂ ਜੈਕਟ ਕੋਈ ਅੱਛਾ ਤੂੰ ਉਹਦਾ ਅਗਲਾ ਸਟਾਈਲ ਨੀ ਵੇਖਿਆ ਕਹਿੰਦਾ ਪਾ ਕੇ ਨਾ ਫਿਰ ਆਇਆ ਸੀ ਜਿਹੜਾ ਇੰਜ ਕੀਤਾ
ਫਾਈਨਲ ਕਰ ਦੋ ਬਈ ਫੈਜ਼ਲ ਮੱਛਰ ਤਾਂ ਡਰਨ ਤੋਂ ਭਾਈ ਆਪਣੇ ਪਿੰਡੇ ਦੇ ਪੈਟਰੋਲ ਲਾ ਕੇ ਸੁੱਤੇ ਮੱਛਰ ਕੋਈ ਆਇਆ ਨਹੀਂ ਇੱਕ ਬੰਦੇ ਨੇ ਲਾ ਕੇ ਸਿਗਰ ਟੁੱਟੇ ਅੱਗ ਲੱਗ ਯਾਰ ਮੱਛਰ ਲੜਨ ਉਹਦੇ ਨਾਲ ਮੁਸ਼ਰਫ ਜੰਜੀਵੇ ਨੂੰ ਪਾਇਆ ਹੋਇਆ ਯਾਰ ਕੀ ਉਹ ਬਾਹ ਫੜਨੀ ਉਹਨੇ ਆ ਕਬੱਡੀ ਖੇਡਦਾ ਉਹਨੇ ਵੀ ਆਰਮੇਟ ਪਾਇਆ ਸੀ ਉਹਦਾ ਨਹੀਂ ਤੇ ਚੱਲ ਯਾਰ ਕੋਈ ਨੀ ਯਾਰ ਜੰਜਵਾ ਸਾਹਿਬ ਸਾਡਾ ਆਪਣਾ ਵਾ ਸਾਡੇ ਸਾਡੇ ਆਪਣੇ ਮੁਲਕ ਦਾ ਸਾਡਾ ਭਰਾ ਇੱਕ ਜਬ ਬੰਦਾ ਜੰਪਿੰਗ ਤੇ ਜੰਪ ਇੰਜ ਉੱਤੇ ਥੱਲੇ ਆ ਜਾ ਰਿਹਾ ਤੇ ਉਹਨੂੰ ਕਹਿੰਦੇ ਬਾਰਿਸ਼ ਚੈੱਕ ਕਰ ਕੇ ਦੁੱਕ ਪੈ ਆਪਣਾ ਰੋ ਪਾ ਰਿਹਾ ਕਿ ਵੀ ਮੇਰੇ ਕੋਲ ਡਰ ਜਾਣ ਤੇ ਨਾਨ ਚਾਕੂ ਘੁਮਾਈ ਜਾ ਤੇ ਮੇਰੇ ਕੋਲ ਨੇੜੇ ਨਾ ਉਹਨਾਂ ਨੇ ਖਲਾ ਚ ਘੁਮਾਈ ਜਾ ਰਿਹਾ ਦੇਖਦੇ ਬਰੂਸਰੀ ਤਰ੍ਹਾਂ ਉੱਥੇ ਕਹਿੰਦਾ ਹਟੋ 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 ਉਹ ਬਰੂਸਰੀ ਹਟੋ ਉਹ ਯਾਰ ਟੇਕਨ 3 ਯਾਰ ਕੀ ਯਾਰ ਇਹਨੂੰ ਸਮਝਾ ਯਾਰ ਕੁਝ ਅੱਛਾ ਯਾਰ ਨਾਜ਼ਰੀਨ ਯਾਰ ਓਕੇ ਯਾਰ ਲਓ ਯਾਰ ਫਿਰ ਆਪਣਾ ਬਹੁਤ ਖਿਆਲ ਰੱਖੋ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਠੀਕ ਆ ਜੀ ਤੇ ਇਨਸ਼ਾਅੱਲਾ ਠੀਕ ਆ ਭਾਜੀ ਮਛਹਿਰੇ ਵਾਲਾ ਚੈਨਲ ਨਵਾਂ ਬਣਾ ਲਿਆ ਉਹਨੂੰ ਸਬਸਕ੍ਰਾਈਬ ਅੱਛਾ ਜਦੋਂ ਮੈਂ ਕਿਸੇ ਦਾ ਕਹਿੰਦਾ ਉਦੋਂ ਫਟਾਫਟ ਤੁਸੀਂ ਕਰ ਦਿੰਦੇ ਆ ਸਾਡਾ ਆਪਣਾ ਮਛਹਿਰੇ ਵਾਲਾ ਚੈਨਲ ਉਹਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਉਹਦੇ ਤੇ ਸਿਰਫ ਮੁਸ਼ਾਇਰਾ ਹੋਇਆ ਕਰੇਗਾ ਠੀਕ ਆ ਜੀ ਕਿਸ ਨਾਮ ਤੋਂ ਛੇੜੋ ਸ਼ਾਇਰੀ ਦੇ ਨਾਂ ਤੋਂ ਲਿੰਕ ਦੇ ਦਿੰਦੇ ਥੱਲੇ ਇਹਦੇ ਥੱਲੇ ਲਿੰਕ ਦੇ ਦਿੰਦੇ ਛੇੜੋ ਸ਼ਾਇਰੀ ਦਾ ਚੈਨਲ ਉਹਨੂੰ ਫੌਰਨ ਕਰ ਲਓ ਸਬਸਕ੍ਰਾਈਬ ਜੀ ਤੁਸੀਂ ਸ਼ੁਗਲ ਚ ਕਹਿੰਦੇ ਹੋ ਸੀਰੀਅਸ ਸਾਰਿਆਂ ਨੂੰ ਨਹੀਂ ਸੀਰੀਅਸ ਥੱਲੇ ਯਾਰ ਲੋਕਾਂ ਨੇ ਵੇਖਿਆ ਵਾ ਤੇ ਉਹ ਜ਼ਰਾ ਸਾਰੇ ਕਰੋ ਯਾਰ ਸਬਸਕ੍ਰਾਈਬ ਦੇ ਅਸੀਂ ਛੇੜੋ ਸ਼ਾਇਰੀ ਦਾ ਚੈਨਲ ਆ ਤੇ ਉਹਦੀ ਜਿਹੜੀ ਘੰਟੀ ਉਹਨਾਂ ਨੂੰ ਵੀ ਛੇੜੋ 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 ਸ਼ਾਰਟ ਕਰੋ ਕੋਈ ਲਓ ਜੀ ਓਕੇ ਜੀ ਚਲੋ ਜੀ